Mr. Scene Productions presents. परी मन को भावत कीन मरने ते क्या डरपना जब हाथ सिंधौरा ली मरने ते क्या डरपना जब हाथ सिंधौरा ली। ज्योति स्वरूप विखे जिस स्थान ते असी सारे बैठे हुए हाँ, सन्मान योग माता गुजरी जी, बाबा जोरावर सिंह जी और बाबा फतेह सिंह जी दे पांच भूतक शरीर दा इस स्थान ते संस्कार कीता गया। आप संगत नू ता सब नू मालूम है, पर जो संगता पूरे वर्ल्ड विच पूरे संसार विच देशा परदेशा विच बैठियां देख रही ने चैनला राही, इतों के गुरमुख प्यारे दस दिया कि जिथे हजूर दी पालकी साहब है इस पासे दा माता जी और हजूर दे लालां दा संस्कार किया गया है। आओ अति सन्मान योग भाई साहब भाई हरजिंदर सिंह जी श्रीनगर वाले जिन्हां दी दिली है खुब सी माता जी हजूर दे लालां दी शहादत नूं समर्पित अपनी हजूर दी बख्शी हुई कीर्तन दी दात राही शिव तो सलाह दी दात राही सतगुरु जी दे लालां दे शहीदां दे चरण पर सकी। उन्हां ने खुणे की जिथे वाहगुरु गुरु शब्द का सिमरन कराया उथे तीन शब्द भाई साहब जी ने सानू सरवण कराए। पहला शब्द
ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਇਸ ਸੰਸਾਰ ਵਿੱਚ ਭਾਵੇਂ ਕਿ ਪੁੰਨ ਸ਼ਬਦ ਨਾਲ ਬਹੁਤ ਸਾਰੀਆਂ ਚੀਜ਼ਾਂ ਜੁੜੀਆਂ ਹੁੰਦੀਆਂ ਨੇ, ਕਰਮ ਵੀ ਪੁੰਨ ਹੁੰਦੇ ਨੇ, ਪੁੰਨ ਕਰਮ ਅਸੀਂ ਕਹਿੰਦੇ ਹਾਂ, ਦਾਨ ਵੀ ਪੁੰਨ ਕਰਮ ਵਿੱਚ ਆ ਜਾਂਦੇ ਨੇ। ਪਰ ਹਜ਼ੂਰ ਨੇ ਫਰਮਾਇਆ ਇਸ ਕਲਯੁੱਗ ਵਿੱਚ, ਇਸ ਸਮੇਂ ਵਿੱਚ ਸਭ ਤੋਂ ਵੱਡਾ ਪੁੰਨ ਇਹ ਵੇ ਕਿ ਗੋਬਿੰਦ ਦੇ ਗੁਣਾਂ ਨੂੰ ਗਾਇਨ ਕੀਤਾ ਜਾਏ। ਉਸ ਤੋਂ ਬਾਅਦ ਦੂਸਰਾ ਅਸੀਂ ਸ਼ਬਦ ਸਰਵਣ ਕੀਤਾ, ਮਨ ਮੇਰੇ ਸਤਿਗੁਰ ਕੈ ਭਾਣੇ ਚੱਲ, ਨਿਜ ਘਰ ਵਸਹਿ ਅੰਮ੍ਰਿਤ ਪੀਵਹਿ ਤਾਂ ਸੁਖ ਲਹਿ ਮਹਲ। ਕੀਰਤਨ ਦੀ ਸਮਾਪਤੀ ਹਜ਼ੂਰ ਦੇ ਇਸ ਸ਼ਬਦ ਨਾਲ, ਜੋ ਤਕਰੀਬਨ ਹਰ ਸਾਲ ਇਸ ਅਸਥਾਨ ਤੇ ਸਮਾਗਮ ਕੀਰਤਨ ਦੀ ਸਮਾਪਤੀ ਤੇ ਇਹ ਸ਼ਬਦ ਗਾਇਨ ਕੀਤਾ ਜਾਂਦਾ ਹੈ। ਸੂਰਜ ਕਿਰਨ ਮਿਲੇ ਜਲ ਕਾ ਜਲ ਕੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥਿਆਰਾ। ਆਓ ਸਾਧ ਸੰਗਤ, ਜਿੱਥੇ ਵਿਚਾਰ ਦੀ ਲੜੀ ਨੂੰ ਕੱਲ ਆਪਾਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਵਿਸ਼ਰਾਮ ਦਿੱਤਾ ਸੀ, ਉਸੇ ਲੜੀ ਨੂੰ ਇਸ ਅਸਥਾਨ ਤੱਕ ਇਤਿਹਾਸਕ ਜੋ ਸਾਡੇ ਕੋਲ ਸਮਾਚਾਰ ਨੇ ਔਰ ਗੁਰੂ ਸ਼ਬਦ ਦੀ ਰੋਸ਼ਨੀ ਵਿੱਚ ਆਪਾਂ ਵਿਚਾਰ ਸਕੀਏ। ਕਿਉਂਕਿ ਅੱਜ ਕਥਾ ਤੋਂ ਬਾਅਦ ਹਰ ਸਾਲ ਜੋ ਸਹਿਜ ਪਾਠ ਪ੍ਰਾਰੰਭ ਕੀਤੇ ਜਾਂਦੇ ਨੇ, ਉਹਨਾਂ ਪਾਠਾਂ ਦੀ ਸੰਪੰਨਤਾ ਭੋਗ ਪੈਣੇ ਨੇ। ਇਸ ਕਰਕੇ ਯਤਨ ਕਰਾਂਗਾ ਕਿ ਸੰਕੋਚਵੇਂ ਸਮੇਂ ਵਿੱਚ ਹੀ ਰਹਿ ਕੇ ਆਪ ਸੰਗਤ ਦੀ ਸੇਵਾ ਕਰ ਸਕਾਂ। ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ, ਅਸੀਸ ਬਖਸ਼ ਦੇ ਹੋਏ ਉਚਾਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਆਪਾਂ ਵਿਚਾਰ ਕੀਤੀ ਸੀ ਥੋੜੀ ਜੀ ਸਿਰਫ ਇੱਕ ਪੰਛੀ ਚਾਤ ਤੇ, ਹਰ ਸਾਲ ਅਸੀਂ ਇਤਿਹਾਸਕ ਇਹਨਾਂ ਘਟਨਾਵਾਂ ਨੂੰ ਯਾਦ ਕਰਨੇ। ਉਂਝ ਵੈਸੇ ਦਾਸ ਤਾਂ ਬੇਨਤੀ ਕਰਦਾ ਹੁੰਦਾ ਹੈ ਕਿ ਇਸ ਅਸਥਾਨ ਤੇ ਜਿੰਨੇ ਸੇਵਾਦਾਰ ਨੇ, ਗ੍ਰੰਥੀ ਸਾਹਿਬ ਜੀ, ਕਥਾਵਾਚਕ ਜਿਤਨੇ ਵੀ ਸੇਵਾਦਾਰ ਨੇ, ਅਸੀਂ ਭਾਵੇਂ ਸਾਲ ਬਾਅਦ ਕਹਿੰਦੇ ਹਾਂ, ਉਹ ਰੋਜ਼ਾਨਾ ਹੀ ਜਦੋਂ ਸੰਗਤ ਆਉਂਦੀ ਹੈ ਤੇ ਉਹ ਇਸ ਘਟਨਾ ਨੂੰ ਰੋਜ਼ਾਨਾ ਹੀ ਸੰਗਤ ਦੇ ਨਾਲ ਸਾਂਝੀਆਂ ਕਰਦੇ ਨੇ। ਚਲੋ ਸਾਲ ਬਾਅਦ ਅਸੀਂ ਸਮਾਗਮ ਕਰਕੇ ਸ਼ਬਦ ਵਰਤ ਲੈਂਦੇ ਹਾਂ, ਉਂਝ ਇਸ ਅਸਥਾਨ ਤੋਂ ਬਿਨਾਂ ਵੀ ਹਕੀਕਤ ਇਹ ਵੇ ਕਿ ਸਿੱਖ ਜਦੋਂ ਅਰਦਾਸ ਕਰਦਾ ਗੁਰੂ ਚਰਨਾਂ ਵਿੱਚ ਤੇ ਉਸ ਵਕਤ ਅਰਦਾਸ ਵਿੱਚ ਇਹਨਾਂ ਸ਼ਹੀਦਾਂ ਨੂੰ ਰੋਜ਼ ਯਾਦ ਕਰਦਾ ਹੈ। ਅਸੀਂ ਕੱਲ ਵਿਚਾਰ ਕਰ ਰਹੇ ਸਾਂ ਕਿ ਸਨਮਾਨਯੋਗ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚੇ ਪਾਤਸ਼ਾਹ, ਉਹਨਾਂ 6 ਪੋਹ ਦੀ ਰਾਤ ਤੇ 7 ਪੋਹ ਦਾ ਸਵੇਰ, 6 ਤੇ 7 ਪੋਹ ਦੀ ਦਰਮਿਆਨੀ ਰਾਤ ਵਿੱਚ ਆਨੰਦਪੁਰ ਸਾਹਿਬ ਜੀ ਦੀ ਧਰਤੀ ਨੂੰ ਤਿਆਗਿਆ ਹੈ। 7 ਪੋਹ ਦਾ ਅੰਮ੍ਰਿਤ ਵੇਲਾ ਸਰਸਾ ਦੇ ਕਿਨਾਰੇ ਹੋਇਆ ਹੈ, ਜਿੱਥੇ ਕੱਲ ਅਰਜ਼ ਕੀਤੀ ਸੀ ਕਿ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਦੀ ਸਿਵ ਤੋਂ ਸਲਾਹ ਉੱਥੇ ਕੀਰਤਨ ਆਸਾ ਕੀ ਵਾਰ ਦਾ ਹੋਇਆ ਹੈ। ਸਰਸਾ ਨਦੀ ਨੂੰ ਪਾਰ ਕਰਦਿਆਂ ਹਜ਼ੂਰ ਦਾ ਸਾਰਾ ਪਰਿਵਾਰ 3 ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ, ਜਿਸ ਅਸਥਾਨ ਨੂੰ ਆਪਾਂ ਪਰਿਵਾਰ ਵਿਛੋੜਾ ਕਹਿੰਦੇ ਹਾਂ। ਹਜ਼ੂਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 7 ਪੋਹ ਨੂੰ ਸਫ਼ਰ ਕਰਦੇ ਹੋਏ ਚਮਕੌਰ ਦੀ ਧਰਤੀ ਵੱਲ ਚਲੇ ਜਾਂਦੇ ਆ ਤੇ ਸਨਮਾਨਯੋਗ ਮਾਤਾ ਜੀ ਛੋਟੇ ਸਾਹਿਬਜ਼ਾਦੇ ਹਜ਼ੂਰ ਦੇ ਉਹ 7 ਪੋਹ ਨੂੰ ਕੁੰਮੇ ਮਾਸ਼ਕੀ ਦੀ ਝੌਂਪੜੀ ਵਿੱਚ ਰਹਿੰਦੇ ਨੇ, ਉਸ ਦੇ ਘਰ ਵਿੱਚ ਰਹਿੰਦੇ ਨੇ। 7 ਪੋਹ ਦੀ ਰਾਤ ਉੱਥੇ ਬਤੀਤ ਹੁੰਦੀ ਹੈ। 8 ਪੋਹ ਨੂੰ ਗੰਗੂ ਆਪਣੇ ਘਰ ਵਿੱਚ ਖੇੜੀ ਲੈ ਕੇ ਆ ਜਾਂਦਾ ਹੈ। ਉਸ ਤੋਂ ਬਾਅਦ 9 ਪੋਹ ਨੂੰ ਸਾਹਿਬਜ਼ਾਦਿਆਂ ਦੀ ਗ੍ਰਿਫਤਾਰੀ ਹੁੰਦੀ ਹੈ ਖੇੜੀ ਤੋਂ, ਔਰ 9 ਪੋਹ ਦੀ ਰਾਤ ਸਾਹਿਬਜ਼ਾਦੇ ਮੁਰੰਡੇ ਜੇਲ੍ਹ ਵਿੱਚ ਰੱਖੇ ਜਾਂਦੇ ਆ, ਕਾਲ ਕੋਠੀ ਵਿੱਚ ਉੱਥੇ ਰੱਖਿਆ ਜਾਂਦਾ ਹੈ।
कल मैं बेनती की कि दस पोह की जड़ी रात है दिन है दस पोह का साहबजादे दोपहर तो बाद सरहंद की धरती से लियांदे जांदे हैं। ये भी कल अर्ज की कि सूबा सरहंद वजीर खां चमकौर दे विच्चों नमोशी लेके आया है क्योंकि वह इस गल का दावा कर रहा सी कि मैं गुरु गोबिंद सिंह जी नूं जमदिया जा मार देवांगा जां जमदिया पकड़ांगा, ना हजूर नूं जीवित पकड़ सकिया ना उन्हां नूं खत्म कर सकिया। इन्ने मखीनिया का आनंदपुर का घेरा पल्ले कुछ भी नहीं पिया पर वापस जदों सरहंद पहुंचता है इत्थे खबर मिलती है धन गुरु गोबिंद सिंह जी दे सन्मान योग माता जी और छोटे बेटे जिन्हां नूं असीं अदब नाल साहिबजादे कहिंदे हां ओह साडी कैद दे विच ने। दस पोह दी रात साहिबजादे ठंडे बुरज ते रहे। मैं भाई साहब नाल कोने वी गल कर रहा सां दस पोह दी रात इत्थे बतीत कीती ग्यारह पोह दी पेशी होई वापस भेज दिता गया बारह पोह दी फिर कचहरी लगी वापस भेजा गया तेरह पोह नूं जिथे पेशी हुंदी है तेरह पोह नूं साहिबजादियां नूं शहीद किया जाता है। मैं फिर बेनती करा दस पोह दी रात ग्यारह पोह दी रात बारह पोह दी रात साहिबजादे ठंडे बुरज ते ने माता जी दे कोल भावें चलो कथा विच लिखण विच बोलण विच मौखिक जां लिखत विच असी सिर्फ मिनट भी नहीं लगता तीन रातां कहन दे संबंधी पर सच एवे वो तीन रातां किवें बतीत होईयां वो तीन दिन किवें लंघे होणगे ये तां सिर्फ तां सिर्फ जां सन्मान योग माता गुजरी जी जानदे ने ते जां धन धन बाबा जोरावर सिंह ते बाबा फतेह सिंह जानदे ने। साहिबजादियां नूं ग्यारह पोह दी सवेर कचहरी लगती है सूबे ते भावें यह इतिहास हर साल असी दोहराने उस कचहरी विच छपाई ठंडे बुरज तो लैण वास्ते जांदे आ। सन्मानयोग माता जी पुछदे आ कि तुसी इन्हां लालां नूं कित्थे लै के चले हो उत्तर दिंदे ने कि सूबे की कचहरी लगी है इन्हां दी पेशी है। माता जी दोनों लालां नूं तोरदे आ उन्हां नूं इह शब्द कहिंदे आ कि अपने दादा जी अपने पिता जी नूं जरूर याद रखे हो देखियो कोई ऐसी हरकत ऐसा कर्म ना होवे कि जिस नाल पिता और पितामा उन्हां वल कोई उंगल चुके। साहिबजादे दृढ़ता विच ने दोनों साहिबजादियां नूं छपाई लै जांदे ने। इतिहास कहिंदा है मैं जे एक दो बेनतियां होर भी करनियां ने इतिहास विच्चों जो पढ़ियां कि इन्हां ने एक चाल खेडी है कचहरी सूबे की लगी है पर दरवाजा वड्डा बंद कर दिता गया है सिर्फ एक छोटी खिड़की खोल के रखी वो इस करके खोल के रखी है कि चाल है कि किते वजीर खां का अपमान ना हो जाए। सुनियो कि जे वड्डा दरवाजा खुला है तो साहबजादे जे ना झुके ना सलाम कीती ते ए सूबे दी तोहीन होवेगी किन्ना चंगा होवे कि छोटी खिड़की खोल दियो ते कुदरती तौर ते उस दर खिड़की विच्चों निकल लग्या जदों इन्हां दा सिर झुकेगा असी उच्ची आवाज विच मुस्करा के जां बोल के कह देंगे कि साहबजादियां ने सूबा सरहंद नूं सिजदा कर दिता। वो असल च इक चाल है। अज भी मैं बेनती करांगा जिथे भी खानगाह होणगियां कबरां होणगियां उन्हां दे दरवाजे छोटे होणगे। उसका एक कारण है कि बंदे नूं कहना ना पए कि तुसी झुको वो दरवाजा ही इन्ना कु छोटा बना दिता जांदा है हर बंदा जिहड़ा उहदे विच्चों प्रवेश करेगा उहदा सिर कुदरती तौर ते बदो बदी अपने सिर नूं बचाउण लई झुकेगा असल च उहदा झुकना भी उत्थे सजदा ही मन्निया जांदा है। साहिबजादियां नूं जदों लै के चले गए सामने उन्हां देखिया भी खिड़की खुली है एक दूजे दे चेहरे वल देखिया बाबा जोरावर सिंह बाबा फतेह सिंह जी ने आपस विच अखां मिलाईयां जबान तो कुछ नहीं बोले
क्योंकि सुरती अंदरों एक दोनों भरावां दी इन्नी को अभेद सी, सिर्फ नजरां मिलाईयां, चेहरे मिले, मुस्करा गए ते इस गल नूं समझ गए कि आपां इत्थे सिर चुका के अंदर प्रवेश नहीं करना। साडा इतिहास कहिंदा है कि गुरु गोबिंद सिंह जी दे लख ते जिगर दोनों साहिबजादियां ने अपने मुबारक चरण ते चरणा विच पाई हुई जुत्ती सूबा सरहद नूं पहलां दिखाई है, अपना सिर चुकाया नहीं, सिर पूरी अणख नाल कचहरी विच पहुंचदियां सार दोनों ने उच्ची आवाज विच फतेह गजांदियां होया बोले, वाहिगुरु जी का खालसा, वाहिगुरु जी की फतेह। पूरी दी पूरी कचहरी जिहड़ी उह गूंज गई है, इक्को दम खामोशी छा गई, क्योंकि जो उमरां देखियां, शरीर देखे ते आवाज देखी, दृढ़ता देखी, इक्को दम खामोशी छा गई। ले जाण वाले सिपाही कहिंदे रहे कि बच्चो सामने सूबा सरहंद होणगे, तुसी झोके उहनां नूं सलाम करियो। मुस्कुराउंदे रहे। मैं इत्थे एक बेनती करदा जावां, वेखो शब्द मैं कह दिना, कथा करनी बहुत सौखी जी, जो मैं शब्द कहना, जो चलो संगत कहिंदी बहुत किरपा, चलो किरपा भी मालक दी शब्द बोल लैने, बोलना बहुत सौखा जे, परचा पैजन हंडाना बड़ा औखा जे। सौखा है बोलना, उंज जेड़ी दृढ़ता है, सिदक है, जां इउं शब्द वरता के अंदर दी अडोलता है, ना वो उम्र दी मुथाज है, ना वो विद्वता दी मुथाज है, ना किसे खानदान दी मुथाज है, ना किसे चंगे उस्तादां दी तलीम दी मुथाज है। जिन्हों परमात्मा अंदर दी अडोलता बख्श जाए, उहदा पंज सत साल दा शरीर भी जिहड़ा हाकम दे सामने अडोल खलो जांदा। थोड़ा जिहा इस बेनती नूं सुणियो, बाणी च असीं कहे भी अडोलता शायद शरीर करके, दुनी चंद दा शरीर भाई बचित्र सिंह नालों बलशाली है, उहदा वजूद ज्यादा है, भाई बचित्र सिंह दा ते कद भी बिल्कुल छोटा है, वह तो नागनी मार लग्या भी घोड़े दियां रकाबां उत्ते खलोंदा। उत्थे गल शरीर दी नहीं, दुनी चंद मसंद कहे, इहदा मतलब जे मसंद कहे वह बोलदा भी होवेगा, उहदे कोल विचार भी होवेगी। बचित्र सिंह हो सकदा कदी स्टेज उत्ते बोलिया भी ना होवे, दोनों दे कोल शरीरक आकार करके देखिए, पर जेड़ी सुरत दी दृढ़ता है, अडोलता है, सच ए वे कि वह अकाल पुरख सतगुरु ने कृपा करके भाई बचित्र सिंह नूं बख्शी। थोड़ा जा बाणी चो देखो, गुरु ग्रंथ साहिब विच, चलो क्योंकि बाणी साडे जीवन दा आधार है, भावें वह पुराणिक घटनावां ही क्यों नहीं गुरु ग्रंथ साहिब च, ते बहुत सारियां पुराणिक घटनावां ने गुरु ग्रंथ साहिब च, इहनूं असीं कदी इगनोर नहीं करांगे। जे गुरु प्रहलाद नूं संत कहिंदा है ते सानूं उह स्वीकारना चाहीदा है। दो बच्चे ने गुरु ग्रंथ साहिब च, उहनां दी उमर गुरु ग्रंथ साहिब ते उम्र भी लिख दित्ती, एक दी पांच बरख को अनाथ ध्रुव बारक हर सिमरत अमर अटारे, पांच साल दी उम्र लिखी, ते प्रहलाद दी उम्र, मैं ये नहीं विषय रखना, सिर्फ इन्नी को बेनती आरंभ च कर लगा कि मता ए मन च रह भी ये सिख होण करके, क्योंकि दूजे धर्मां वाले भी देखदे ये सिख होण करके गुरु दे पुत्तर दे सोहले गांदे पए, नहीं ये अध्यात्मकता है जिन्हों परमात्मा शब्द की अडोलता बख्शदा है, वह उम्र की मुथाजी नहीं रहिंदी। ध्रुव जी पांच साल की उम्र है, प्रहलाद जी की भी इन्नी क उम्र है, ते कमाल की गल उन्हां ते बाहर का दुश्मन कोई नहीं वार करता, उन्हां दे घर विच्चों ही उन्हां दा विरोध है, ध्रुव का विरोध मतरेई मां करदी है, प्रहलाद का विरोध प्यो मां ते उस्ताद करदे ने। गुरमुखो मापियां ने जन्म दिता, मापे उन्हां नूं होर रस्ते ते तोरदे पए ने, पर उन्हां नूं रब ने एक अंदर दी अडोल सुरत दिती, वह खून दे रिश्ते दे मोह तो भी उपर उठ के छोटी जी उम्र विच इन्ने तसीए जर के भी अडोल खलोते हुए, भावें ध्रुव ते तसीआ नहीं होया पर प्रहलाद ते तां होए आ ना। मैं इस करके बेनती आरंभ च कर लगा, असी उम्र दी गल करने, सारे शब्द वरतने, सत साल नौ साल वरतने सारे शब्द, पर मैं बेनती करांगा ये उम्र असल च देखण नूं सानूं लगदी है सत साल नौ साल, पर अंदर दी सुरत जिहड़ी है वह बिल्कुल बच्चियां वाली नहीं, अंदर दी सुरत जिहड़ी बजुर्गां वाली है।
ਇਸੇ ਕਰਕੇ ਚਲੋ ਅਸੀਂ ਕਥਾ ਚ ਕਹਿ ਦਿੰਦੇ ਹਾਂ ਬੱਚੇ, ਪਰ ਸਾਡੇ ਬਜ਼ੁਰਗਾਂ ਨੇ ਤਾਂ ਬਾਬੇ ਸ਼ਬਦ ਵਰਤਿਆ। ਬਾਬਾ ਫਾਰਸੀ ਦਾ ਸ਼ਬਦ ਹੈ, ਬਾਬੇ ਦਾ ਅਰਥ ਹੈ ਵੱਡਾ, ਬਾਬੇ ਦਾ ਅਰਥ ਹੈ ਬਜ਼ੁਰਗ। ਅਸੀਂ ਪੰਜਾਬੀ ਵਿੱਚ ਬਾਬੇ ਦੇ ਅਰਥ ਦਾਦੇ ਨਾਲ ਕਰਨੇ ਆ, ਉਂਜ ਵੈਸੇ ਬਾਬੇ ਦਾ ਲਫ਼ਜ਼ੀ ਅਰਥ ਹੈ ਬਜ਼ੁਰਗ। ਪਰ ਇੱਥੇ ਬਾਬੇ ਦਾ ਬਜ਼ੁਰਗ ਅਰਥ ਬਿਲਕੁਲ ਚਿੱਟੇ ਧੌਲੇ ਜਾਂ ਢਲਦੀ ਕੋਈ ਉਮਰ ਜਾਂ ਸਰੀਰ ਦੇ ਤੁਚਾ ਤੇ ਪਈਆਂ ਝੁਰੜੀਆਂ ਦਾ ਨਾਮ ਨਹੀਂ। ਭਾਈ ਨੰਦ ਲਾਲ ਸਾਹਿਬ ਕਹਿੰਦੇ ਨੇ ਬਾਬਾ ਤੇ ਬਜ਼ੁਰਗੀ ਅੰਦਰ ਦੀ ਸਿਮਰਨ ਦੀ ਮੁਤਾਜ ਹੈ। ਜਿਹਨੂੰ ਸਿਮਰਨ ਦੀ ਅਡੋਲਤਾ ਮਿਲ ਜਾਏ ਉਹ 5 ਸਾਲ 7 ਸਾਲ 7 ਸਾਲ 9 ਸਾਲ ਇਉਂ ਕਹਿ ਲਓ ਉਹ ਬੱਚਾ ਵੀ ਬਾਬਾ ਬਣ ਜਾਂਦਾ ਹੈ। ਜਿਹਨੂੰ ਸੁਰ ਦੀ ਅਡੋਲਤਾ ਨਾ ਮਿਲੇ ਉਹ ਚਿੱਟੇ ਦਾੜੇ ਵਾਲਾ ਬਾਬਾ ਵੀ ਬੱਚਾ ਬਣਿਆ ਰਹਿੰਦਾ। ਭਾਈ ਸਾਹਿਬ ਨੇ ਇੱਕ ਸ਼ਬਦ ਉਹਨਾਂ ਦਾ ਜ਼ਿੰਦਗੀ ਨਾਮੇ 'ਚ ਇੱਕ ਸ਼ੇਰ ਹੈ, ਗਰ ਬਜ਼ੁਰਗੀ ਬਾਏਦਤ ਕੁਨ ਬੰਦਗੀ, ਜੇ ਤੂੰ ਬਾਬਾ ਬਣਨਾ ਚਾਹੁੰਦਾ ਤੇ ਬੰਦਗੀ ਕਰ। ਬਜ਼ੁਰਗ ਦਾ ਅਰਥ ਵੱਡਾ, ਗਰ ਬਜ਼ੁਰਗੀ ਬਾਏਦਤ ਕੁਨ ਬੰਦਗੀ ਵਰਨਾ ਆਖਰ ਮੇਕਸ਼ੀ ਸ਼ਰਮੰਦਗੀ। ਬਜ਼ੁਰਗੀ ਮਿਲਦੀ ਹੈ ਬੰਦਗੀ ਦੇ ਨਾਲ। ਇਸ ਕਰਕੇ ਆਰੰਭ 'ਚ ਮੈਂ ਅਰਜ਼ ਥੋੜ੍ਹੀ ਜਿਹੀ ਕਰ ਦਿੱਤੀ ਕਿ ਇਸ ਅਡੋਲਤਾ ਦਾ ਇੱਕੋ ਇੱਕ ਕਾਰਨ ਮੇਰਾ ਖਿਆਲ ਜਿਨ੍ਹਾਂ ਜਲਾਦਾਂ ਨੇ ਅੱਗੇ ਸੀ ਵੇਖਣਾ ਸ਼ਾਸਤਰ ਬੇਸ ਬਾਸਵੇਗ ਨੇ ਗੋਡਿਆਂ 'ਚ ਰੱਖ ਕੇ ਜਿਵਾ ਕੀਤਾ। ਬਾਬਿਆਂ ਨਾਲੋਂ ਸਰੀਰਕ ਤਾਕਤ ਤੇ ਉਹਨਾਂ ਦੀ ਜ਼ਿਆਦਾ ਹੈ ਨਾ ਜੀ, ਗੋਡਿਆਂ 'ਚ ਦੇ ਲੈਣਾ ਜ਼ਿਵਾ ਕਰਨਾ, ਤਾਕਤ ਸਰੀਰਕ ਉਹਨਾਂ ਕੋਲ ਜ਼ਿਆਦਾ ਹੈ, ਪਰ ਸੁਰਤ ਦੀ ਤਾਕਤ ਅੰਦਰ ਦੀ ਅਡੋਲਤਾ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਕੋਲ ਜ਼ਿਆਦਾ ਹੈ। ਜੇ ਤਾਕਤ ਜ਼ਿਆਦਾ ਸੀ ਤਾਂ ਮਾਰ ਗਏ ਨਾ, ਸਰੀਰਕ ਤੌਰ 'ਤੇ ਤਾਕਤ ਮੰਨਣੀ ਪਏਗੀ, ਉਹਨਾਂ ਦੀ ਜ਼ਿਆਦਾ ਸੀ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇਸ ਸੰਬੰਧੀ ਕੁਝ ਬਚਨ ਕਹੇ ਨੇ। ਮੈਂ ਤਕਰੀਬਨ ਹਰ ਸਾਲ ਹਰ ਥਾਂ 'ਤੇ ਕਥਾ ਕਰਦੇ ਪਿੱਛੋਂ ਇਹ ਬੇਨਤੀ ਕਰਦਾ ਰਿਹਾ ਕਿ ਗੁਰੂ ਘਰ ਦੀ ਕਿਸੇ ਵੀ ਘਟਨਾ ਨੂੰ ਦੁਨਿਆਵੀ ਰੂਪ 'ਚ ਮਤ ਪੇਸ਼ ਕਰਿਓ, ਹਰ ਘਟਨਾ ਦੇ ਵਿੱਚ ਸਪਿਰਚੁਅਲਿਟੀ ਅਤੇ ਰੂਹਾਨੀਅਤ ਭਰੀ ਹੋਈ ਹੈ। ਭਾਵੇਂ ਉਹ ਸ਼ਹਾਦਤ ਹੈ, ਭਾਵੇਂ ਉਹ ਮਰਨਾ ਅਤੇ ਭਾਵੇਂ ਜੀਣਾ ਹੈ। ਤੁਸੀਂ ਸੁਖਮਨੀ ਸਾਹਿਬ 'ਚ ਇੱਕ ਬਚਨ ਪੜ੍ਹਦੇ, ਇਹ ਅਡੋਲ ਸਿਰਤ ਸੁਰਤ ਨੂੰ ਗੁਰੂ ਅਰਜਨ ਦੇਵ ਨੇ ਨਿਹਚਲ ਆਸਨ ਕਿਹਾ ਹੈ। ਪ੍ਰਭ ਕਹਿ ਸਿਮਰਨ ਨਿਹਚਲ ਆਸਨ, ਹਾਲਾਂ ਆਸਨ ਦਾ ਅਰਥ ਅਸੀਂ ਬੈਠਣ ਦਾ ਕਰਨੇ ਆ, ਇੱਥੇ ਆਸਨ ਦਾ ਅਰਥ ਕਰਾਂਗੇ ਸੁਰਤ ਦੀ ਅਡੋਲਤਾ। ਪ੍ਰਭ ਕਹਿ ਸਿਮਰਨ ਨਿਹਚਲ ਆਸਨ, ਪ੍ਰਭ ਕਹਿ ਸਿਮਰਨ ਕਮਲ ਵਿਗਾਸਨ। ਗੁਰੂ ਗ੍ਰੰਥ ਸਾਹਿਬ ਜੀ ਨੇ ਬਚਨ ਕੀਤੇ ਨੇ, ਅੰਮ੍ਰਿਤ ਨਾਮ ਹਰ ਨਿਰਮੋਲਕ ਹੀਰਾ, ਗੁਰ ਦੀਨੋ ਮੰਤਾਨੀ ਡਿਗੈ ਨਾ ਡੋਲੈ, ਦ੍ਰਿੜ ਕਰ ਰਹੋ ਪੂਰਨ ਹੋਏ ਤ੍ਰਿਪਤਾਨੀ। ਮਹਾਰਾਜ ਕਹਿੰਦੇ ਆ ਮਨ ਨਾ ਡਿਗੈ ਤਨ ਕਾਏ ਕੋ ਡਰਾਏ, ਕਿਉਂਕਿ ਸਾਰੀ ਕਹਾਣੀ ਤਾਂ ਮਨ ਦੀ ਹੈ ਨਾ। ਮਨ ਜਦੋਂ ਡਿੱਗਦਾ ਉਦੋਂ ਸਰੀਰ ਪਹਿਲੇ ਢੇਰੀ ਹੋ ਜਾਂਦਾ ਹੈ। ਮਨ ਨਾ ਡਿੱਗੇ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹੋ ਸਮਾਏ। ਇਸ ਅਡੋਲਤਾ ਦਾ, ਇਸ ਨਿਹਚਲ ਆਸਨ ਦਾ ਇਉਂ ਸ਼ਬਦ ਵਰਤਾਂ, ਇਹਦਾ ਸਭ ਤੋਂ ਵੱਡਾ ਜਿਹੜੀ ਬਖਸ਼ਿਸ਼ ਹੈ ਉਹ ਸੁਰਤ ਦਾ ਗੁਰੂ ਦੇ ਸ਼ਬਦ ਵਿੱਚ ਚੁੱਭੇ ਹੋਣਾ ਹੈ, ਨਾਂ ਵੀ ਜੁੜੇ ਹੋਣਾ ਹੈ। ਦਾਸ ਨੇ ਇੱਕ ਵਾਰ ਬੇਨਤੀ ਕੀਤੀ ਸੀ, ਕਬੀਰ ਸਾਹਿਬ ਦੇ ਸ਼ਬਦ ਹੈ ਜੀ, ਥੋੜ੍ਹਾ ਜਿਹਾ ਮੈਂ ਬਾਣੀ 'ਚੋਂ ਲੈ ਲਿਆ ਸਹਾਰਾ ਕਿ ਸਾਰੀ ਗੱਲ ਨੂੰ ਕਰਨ ਲੱਗਿਆਂ ਕਿ ਇਹ ਬਾਬਿਆਂ ਦੇ ਅੰਦਰ ਅਡੋਲਤਾ ਕੈਸੀ ਹੈ। ਖੂਨ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਕੋਈ ਸ਼ੱਕ ਨਹੀਂ, ਪਰ ਮੈਂ ਫਿਰ ਵੀ ਬੇਨਤੀ ਕਰਾਂਗਾ, ਖੂਨ ਵੀ ਆ ਕੇ ਕਈ ਵਾਰੀ ਧੋਖਾ ਦਿੰਦਾ, ਅਸਲੀਅਤ ਹੈ ਇਹ ਵੀ ਤਾਂ ਰੱਬ ਤਰਸ ਕਰੇ ਉਸੇ ਖੂਨ ਨੂੰ ਅਡੋਲਤਾ ਦੀ ਜਿਹਦੇ 'ਤੇ ਉਹਦੀ ਕਿਰਪਾ ਹੋਵੇ। ਰਾਮ ਰਾਏ ਵੀ ਤਾਂ ਖੂਨ ਸੀ, ਸਾਹਿਬਜ਼ਾਦਾ ਹੈ ਨਾ ਸ਼ਬਦ ਵਰਤੀਏ ਜੇ, ਪੁੱਤਰ ਹੈ। ਧੀਰਮਲ ਵੀ ਖੂਨ ਹੈ, ਬਾਬਾ ਪ੍ਰਿਥੀ ਚੰਦ ਵੀ ਖੂਨ ਹੈ, ਗੁਰੂ ਰਾਮਦਾਸ ਦਾ ਖੂਨ ਹੈ। ਪਰ ਮੈਂ ਫਿਰ ਬੇਨਤੀ ਕਰਾਂਗਾ, ਗੁਰਸਿੱਖੀ ਵਿੱਚ ਇਹ ਕਿਰਪਾ ਹੈ, ਬਖਸ਼ਿਸ਼ ਹੈ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ, ਬੜੇ ਸੋਹਣੇ ਕਬੀਰ ਸਾਹਿਬ ਜੀ ਦੇ ਬੋਲ ਨੇ, ਉਹ ਕਹਿੰਦੇ ਆ ਕਿ ਜੇ ਬੰਦਾ ਰੁੱਖ ਦੇ ਟਾਂਡ 'ਤੇ ਖਲੋਤਾ ਹੋਵੇਗਾ, ਤੇਜ਼ ਹਨੇਰੀ ਤੂਫਾਨ ਚੱਲੇਗਾ, ਤੇ ਕੁਦਰਤੀ ਤੌਰ 'ਤੇ ਟਾਂਡ ਨੇ ਖਿਲਣਾ ਹੀ ਖਿਲਣਾ ਹੈ, ਕਿਉਂਕਿ ਉਹਦੇ ਕੋਲ ਤਾਕਤ ਹੀ ਨਹੀਂ ਉਹ ਤੂਫਾਨ ਦਾ ਮੁਕਾਬਲਾ ਕਰ ਸਕੇ। ਜਿਸ ਟਾਂਡ 'ਤੇ ਬੰਦਾ ਬੈਠਾ ਉਹ ਟਾਂਡ ਖਿਲੇਗਾ, ਪਰ ਜੇ ਪਹਾੜ 'ਤੇ ਚੜ ਜਾਏ ਪਹਾੜ ਕਿੱਥੇ ਖਿਲੇਗਾ। ਉਹ ਕਹਿੰਦੇ ਨੇ ਇਹ ਮਾਇਆ ਡੋਲਣੀ ਹੈ, ਇਹ ਸੱਚਮੁੱਚ ਡੋਲੇਗੀ ਖਿਲੇਗੀ, ਪਰ ਸ਼ਬਦ ਪਹਾੜ ਦੀ ਤਰ੍ਹਾਂ ਜਿਹਦੀ ਸੁਰਤ ਸ਼ਬਦ ਵੀ ਚਲੀ ਜਾਂਦੀ ਹੈ, ਸੱਚ ਇਹ ਉਸ ਤਰ੍ਹਾਂ ਅਡੋਲ ਹੋ ਜਾਂਦਾ ਜਿਵੇਂ ਪਹਾੜ ਹੋਵੇ, ਉਹਦੇ ਸਾਹਮਣੇ ਉਮਰ ਕੋਈ ਵੀ ਮਾਇਨਾ ਨਹੀਂ ਰੱਖਦੀ। ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ ਤੂੰ ਮੇਰੋ ਮੇਰ ਪਰਬਤ ਸੁਆਮੀ,
ओट गही मैं तेरी, ना तुम डोलो ना हम गिरते। ए अडोलता वह गुरु जी दी बख्शिश कह, ना तुम डोलो ना हम गिरते। ते जे ए कहिए जी ते ए सच्ची मुची माता दी सिख्या कोई शक नहीं। बाता सुंदरी ने ता बाबे अजीत सिंह पालक नू पालिया सी, माता हुई है, पर याद रखियो डिग पिया सी। ए ओ बख्शिश कह, तू मेरो मेर पर्वत स्वामी, ओट गई मैं तेरी, ना तुम डोलो ना हम गिरते, रख लीनी हर मेरी। बेनती करांगा, इन्हें इसे नू बाणी विच कहा, जदो गुरु दी अडोलता दी गल कीती, ते खास करके गुरु कर दे रबाबियां ने शब्द वरत्या, झक्खड़ वाओ न डोली पर्वत मेराण, जाने बिरथा जी की जानी हूं जान, क्या साल आही सच्चे पातशाह जा तू सुगड़ सुझान। निचल आसन कहो पर्वत मेराण कहो, ये सारे जेडे शब्द ने बारमुखी अंदर दी अडोल सुरत दे प्रतीक ने। साहबजादियां नू क्या गया कि तुसी झुक के नमस्कार करो, मत्था टेको जां सजदा करो, पर साहबजादियां ने सजदा नहीं कीता, वो झुके नहीं। ते उन्हां दा उत्तर भी ऐसी, ए सिर सिर्फ ते सिर्फ गुरु नानक साहब दी घर दी दहलीज भी चुकिया है, इस ऐशवर्ज पदार्थ नू देख के इस सूबे दे सामने मेरा साडा शीश झुकेगा नहीं। उस कचहरी विच बेनती करा, पहले दिन यह भी क्या गया तुसी इस्लाम नू कबूल करो, दूसरे दिन शेर मोहम्मद खां दा, पहली कचहरी विच इस पेशी विच गल्लां होईयां कि तुसी यह कबूल करो, पर साहबजादियां ने उत्तर दे दिता कि नहीं, असी गुरु नानक साहब दे मत नू मानने खां, असी उसे ते ही चलांगे। ते जदों इह शब्द कह दिते कि तुहाडे भरा मार दिते गए, तुहाडे पिता नू मार दिता गया, उन्हां शब्द शहीद थोड़ा वर्तना सी, ते उंज तुसीं सारे सूझवान बैठे हो, भाई साहब बैठिया, याद रखियो गुरु घर विच, मैं एक दिन कहा सी शहीद लफ्ज प्रचलित है सी अपनाया है, पर गुरु घर विच सब तो वध जिहड़ा शब्द सत्कार नाल लै गया मरो लिया मरे, तुसीं पढ़दे हो मरता मरता जग मुआ, इत्थे थोड़ा कहा भी शहीद शब्द नहीं वरत्या इहनां। गुरु ग्रंथ साहब पूरे विच सिर्फ शहीद शब्द दो वारी आया है, ते वह भी इस कॉन्सैप्ट विच नहीं आया जेड़े आपां वरतने पए। पूरे गुरु ग्रंथ साहब दो वारी आया, एक रविदास साहब ने लिया शहीदा, एक गुरु नानक साहब ने, पीर पैगंबर सालक साधक सौदे और शहीद। बेनती है इत्थे मरना वरत्या है, ऐसी मरनी जो मरे, कबीर मोए मरने का चाओ है, कबीर जां दिन खौम हुआ। गुरु गोबिंद सिंह इत्थों तक वरदिया कि जब आव की औद निधान बने, अत ही रण में तब जूझ मरू शब्द वरत्या। मरने ते क्या डरपना, जब खात संदौरा लीन, मरन शब्द नू बड़ा उच्चा रखा है। हालांकि गुरु ग्रंथ साहब ने व्याख्या की कि दुनिया मरदी पई है पर मरना नहीं आया। मैं फिर विषय ते आना, यह शब्द कहे गए कि तुहाडे पिता जी नू तुहाडे भरावां नू खत्म कर दिता है, किन्नी दृढ़ता होवेगी। सच ये उन्हां विच कि यह शब्द सुन के उत्तर दितो ने, कोई नहीं जम्मिया साडे पिता नू खत्म करन वाला। सच्ची मुची असी कई बारी शब्द वरत्यांगे इमोशनल होके कह दिता, तुसी जिन्ने बैठे हो दूर तक सुनदे हो, इमानदारी नाल अपने सीने ते हथ रख के देखो कि तुसी मानदे हो कि साहबजादे चले गए, कि तुहाडा अंदर मानदा है कि गुरु गोबिंद सिंह चला गया। ठीक है असीं शब्द वरतांगे, उदन बिरह च आवांगे, सब कुछ होएगा, पर जदों तुसीं रूहानियत दी गल करोगे ते गुरु ग्रंथ साहिब सत दी व्याख्या करदे कहणगे, जिथे चन्न नहीं, जिथे तारे नहीं, जिथे शाम नहीं, जिथे सवेर नहीं, जिथे जन्म नहीं, जिथे मौत नहीं, उथे गुरु अपना निवास रखदा है। साहिब गुरु ग्रंथ साहिब दी बाणी च असी ये शब्द सारे पढ़ने, इवन मैं कहना बाद च नहीं, जिस दिन गुरु रामदास जी ने प्याना कीता, पृथ्वी ने रौला पा दिता कि गुरु रामदास मर गए, भट्टा ने कहा झूठ बोलदा है, वो जबान सड़ जाए जिहड़ी कहिंदी गुरु मर गया। हरबंस जगत जा संचरियो सो कवन कहे, श्री गुरु मोयो क्योंकि दा कारण सी गुर परमेश्वर एको जान, सतगुर मेरा सदा सदा ना आवे ना जाए। मैं बेनती करांगा जिहड़े शब्द वरते, कौन जम्मिया साडे पिता नू खत्म करन वाला, सच सी हो। बेनती है
ਸਾਹਿਬਜ਼ਾਦਿਆਂ ਨੂੰ ਬੜਾ ਯਤਨ ਕੀਤਾ ਸਮਝਾਉਣ ਦਾ, ਉਹ ਵਾਪਸ ਚਲੇ ਗਏ। 11 ਪੋਹ ਨੂੰ ਜਾਂਦੇ ਨੇ। ਮੈਂ 3-4 ਬੇਨਤੀਆਂ ਪਿਛਲੇ ਸਾਲ ਵੀ ਕੀਤੀਆਂ, ਅੱਜ ਵੀ ਰਿਪੀਟ ਕਰਾਂਗਾ। ਭਾਈ ਮੋਤੀ ਰਾਮ ਮਹਿਰਾ ਜੀ, ਅੱਜ ਮੈਂ ਜੀ ਪੜ੍ਹ ਕੇ ਆਇਆ ਤੇ ਹੋ ਸਕਦਾ ਉਪਰੀ ਜੀ ਗੱਲ ਲੱਗੇ। ਅਸਲ ਚ ਕੋਸ਼ ਚ ਲਿਖਿਆ ਹੈ, ਇਹ ਵਜ਼ੀਰ ਖਾਨ ਦੀ ਜੇਲ੍ਹ ਵਿੱਚ ਕੰਮ ਕਰਦਾ ਸੀ, ਜਿਹੜੇ ਹਿੰਦੂ ਕੈਦੀ ਸਨ ਉਹਨਾਂ ਦੀ ਰੋਟੀ ਪਕਾਉਣ ਦਾ ਕੰਮ ਸੀ ਇਹਦਾ। ਡਾਕਟਰ ਰਤਨ ਸਿੰਘ ਜੱਗੀ ਦਾ ਵਿਸ਼ਵ ਸਿੱਖ ਪੰਥ ਕੋਸ਼ ਵੇਖਿਓ, ਉਹਦਾ ਇੰਦਰਾਜਤ ਮੋਤੀ ਰਾਮ ਮਹਿਰਾ, ਉਹ ਚ ਇਹ ਵੀ ਲਿਖਿਆ ਹੈ, ਇਸ ਚਿਖਾ ਤੇ ਜਿਹੜੀਆਂ ਲੱਕੜਾਂ ਚੁਣੀਆਂ ਤੇ ਇਕੱਠੀਆਂ ਕੀਤੀਆਂ ਉਹ ਭਾਈ ਮੋਤੀ ਰਾਮ ਮਹਿਰਾ ਲੈ ਕੇ ਆਇਆ ਸੀ। ਸੁੱਕੀਆਂ ਲੱਕੜਾਂ ਵੀ ਉਹ ਲੈ ਕੇ ਆਇਆ ਤੇ ਉਹਨੇ ਦੁੱਧ ਕਿਵੇਂ ਪਹੁੰਚਾਇਆ? ਚਲੋ ਅਸੀਂ ਪਿਛਲੇ ਸਾਲ ਕਰਦੇ ਰਹੇ ਵੀ ਉਹ ਚੜ੍ਹ ਕੇ ਉੱਤੇ ਪਹੁੰਚ ਗਿਆ, ਪਰ ਤਵਾਰੀਖ ਹਰਿੰਦਰ ਸਿੰਘ ਮਹਿਬੂਬ ਸਹਿਜੇ ਰਚੇ ਉਹ ਖਾਲਸਾ। ਮੈਂ ਤਾਂ ਥੋੜ੍ਹਾ ਜਿਹਾ ਵਿਦਵਾਨਾਂ ਦਾ ਜ਼ਿਕਰ ਕਰ ਦਿੰਦਾ ਕਿਉਂਕਿ ਬੰਦੇ ਅੱਜ ਸਰੋਤ ਪਾਲਦੇ ਆ, ਕਿੱਥੋਂ ਪੜ੍ਹਿਆ। ਉਹਦੇ ਵਿੱਚ ਉਹ ਲਿਖਦਾ ਹੈ, ਉਹ ਕਹਿੰਦਾ ਦੁੱਧ ਕਮੰਦ ਰਾਹੀਂ ਉੱਤੇ ਪਹੁੰਚਾਇਆ। ਕਮੰਦ ਫਾਰਸੀ ਦਾ ਸ਼ਬਦ ਹੈ, ਇਹਦਾ ਅਰਥ ਰੱਸੀ ਉੱਤੇ। ਇਹਦਾ ਮਤਲਬ ਕਿ ਭਾਈ ਮੋਤੀ ਰਾਮ ਜੀ ਮਹਿਰਾ ਉਹ ਦੁੱਧ ਜਦੋਂ ਲੈ ਕੇ ਗਏ ਆ, ਆਖਰ ਜਿਹੜੇ ਉੱਥੇ ਪਹਿਰੇਦਾਰ ਕੁਛ ਖਲੋਤੇ ਹੋਣਗੇ ਉਹਨਾਂ ਨਾਲ ਉਹਦੀ ਪਤਾ ਹੈ ਕਿ ਇਹ ਪ੍ਰਸ਼ਾਦ ਪਾਣੀ ਪਕਾਉਂਦਾ ਜੇਲ੍ਹ ਵਿੱਚ। ਉਹਨੇ ਰੱਸੇ ਰਾਹੀਂ ਕਮੰਦ ਰਾਹੀਂ ਕਹਿੰਦੇ ਨੇ ਜੋ ਉੱਤੇ ਦੁੱਧ ਭੇਜਿਆ, ਇਹਦਾ ਮਤਲਬ ਉਸ ਰੱਸੇ ਰਾਹੀਂ ਸਨਮਾਨਯੋਗ ਮਾਤਾ ਜੀ ਨੇ ਦੁੱਧ ਖਿੱਚਿਆ ਹੋਣਾ। ਭਾਈ ਮੋਤੀ ਰਾਮ ਮਹਿਰਾ ਉਹਨੇ ਸੇਵਾ ਕੀਤੀ ਹੈ। ਪਰ ਮੈਂ ਇੱਥੇ ਇੱਕ ਬੇਨਤੀ ਕਰਦੇ ਹਾਂ, ਕਿਉਂਕਿ ਅਸੀਂ ਅੱਜ ਤੱਕ ਸਿਰਫ ਨੀਆਂ ਪੜਿਆ ਤੇ ਇਹ ਚ ਕੋਈ ਸ਼ੱਕ ਨਹੀਂ, ਨੀਆਂ ਹੈ ਦੁਸ਼ਮਣ ਅਣਹੋਣੀ ਕਰਦਾ ਹੈ। ਜੇ ਅਸੀਂ ਕਹੀਏ ਵੀ ਉਹਨਾਂ ਨੂੰ ਕੱਪੜੇ ਦਿੱਤੇ, ਸਾਰੀ ਕਹੀ ਜਾਂਦੇ ਹਾਂ ਠੰਡੇ ਬੁਰਜ 'ਚ ਰੱਖਿਆ, ਜਿਹਨਾਂ ਨੂੰ ਰੋਟੀ ਨਹੀਂ ਦਿੱਤੀ ਜਾਂਦੀ, ਕਿੰਨੇ ਕੁ ਤਸੀਹੇ ਦਿੱਤੇ ਗਏ। ਮੈਂ ਅਰਜ਼ ਕੀਤੀ, ਡਾਕਟਰ ਗੰਡਾ ਸਿੰਘ ਕਹਿੰਦੇ ਨੇ ਇੰਨੀ ਤੇਜ਼ ਠੰਡੀ ਹਵਾ ਉਦਣ ਚੱਲਦੀ ਪਈ ਸੀ ਕਿ ਸਾਹਿਬਜ਼ਾਦਿਆਂ ਦੇ ਨੱਕ ਦੀਆਂ ਕਰੂੰਬਲੀਆਂ ਤੇ ਬੁੱਲ ਜਿਹੜੇ ਸਨ ਸੱਚਮੁੱਚ ਵੀ ਨੀਲੇ ਹੋ ਜਾਂਦੇ ਆ, ਇੰਨੀ ਤੇਜ਼ ਹਵਾ ਸੀ। ਉੱਥੇ ਉਹ ਕਹਿੰਦੇ ਆ ਕਿ ਸਾਹਿਬਜ਼ਾਦਿਆਂ ਨੂੰ ਡਰਾਵਾ ਦਿੱਤਾ ਗਿਆ, ਈਵਨ ਕਿ ਨੀਆਂ ਵੀ ਇੱਕ ਡਰਾਵਾ ਦਿੱਤਾ, ਭਾਵੇਂ ਕਿ ਸਾਹਿਬਜ਼ਾਦੇ ਉੱਥੇ ਬੇਹੋਸ਼ ਹੋ ਜਾਂਦੇ ਆ। ਇਹ ਗੱਲਾਂ ਬੜੀਆਂ ਓਪਨ ਨੇ ਵਿਚਾਰਨ ਵਾਲੀਆਂ। ਉਹ ਲਿਖਦੇ ਆ ਕਿ ਦੋਨਾਂ ਸਾਹਿਬਜ਼ਾਦਿਆਂ ਨੂੰ ਤੇਜ਼ ਜਿੱਥੇ ਹਵਾ ਉੱਥੇ ਖੜਿਆ ਕੀਤਾ ਹੈ। ਤਨ ਤੇ ਬਸਤਰ ਤਾਂ ਸਿਰਫ ਨੀਲੀਆਂ ਝੱਗੀਆਂ ਦਾ ਜ਼ਿਕਰ ਕਰਦੇ ਆ, ਨੀਲੇ ਝੋਲਿਆਂ ਦਾ। ਉੱਥੇ ਉਹ ਲਿਖਦੇ ਨੇ ਕਿ ਛੋਟੇ ਛੋਟੇ ਪਲੀਤੇ ਲੈ ਕੇ ਤੇ ਹਰ ਜੋ ਦਾਸ ਬੇਨਤੀ ਕਰ ਰਿਹਾ ਮਾਤਾ ਜੀ ਦੇ ਚਰਨਾਂ 'ਚ ਬੈਠ ਕੇ, ਕੋਈ ਇਮੋਸ਼ਨਲ ਕਰਨ ਵਾਸਤੇ ਨਹੀਂ, ਹਰ ਚੀਜ਼ ਦਾ ਸਰੋਤ ਮੇਰੀ ਲਾਇਬ੍ਰੇਰੀ ਵਿੱਚ ਮੌਜੂਦ ਹੈ। ਡਾਕਟਰ ਗੰਡਾ ਸਿੰਘ ਕਹਿੰਦੇ ਆ ਕਿ ਛੋਟੇ ਜਿਹੇ ਪਲੀਤੇ ਲੈ ਕੇ ਸਾਹਿਬਜ਼ਾਦਿਆਂ ਦੀਆਂ ਉਂਗਲਾਂ ਵਿੱਚ ਪਲੀਤੇ ਰੱਖ ਕੇ ਅੱਗ ਬਾਲ ਕੇ ਉਹਨਾਂ ਨੂੰ ਤਸੀਹੇ ਦਿੱਤੇ ਗਏ, ਮਤਲਬ ਡਰਾਵਾ ਦਿੱਤਾ ਗਿਆ। ਇਹਦਾ ਮਤਲਬ ਇਹ ਸੀ ਡਰ ਜਾਣਗੇ, ਭੈ ਮੰਨਣਗੇ, ਕੋਈ ਗੱਲ ਨਹੀਂ ਉਂਗਲਾਂ ਠੀਕ ਹੋ ਜਾਣਗੀਆਂ। ਮੈਂ ਸੋਚਣਾ ਜਿਸ ਰਾਤ ਦਿਨ ਪਲੀਤੇ ਨਾਲ ਕੋਮਲ ਉਂਗਲੀਆਂ ਤੇ ਸੱਚ ਇਹ ਵੇ ਮੁਰਿੰਡੇ ਤੱਕ ਉਹਨਾਂ ਨੇ ਇਹ ਕੁਝ ਦੇਖ ਨਹੀਂ ਸੀ ਜ਼ਿੰਦਗੀ 'ਚ ਦੇਖਿਆ ਜਿਹੜਾ ਇੱਥੇ ਦੇਖਿਆ। ਉਦੋਂ ਪਹਿਲਾਂ ਤਾਂ ਇਹਨਾਂ ਦੇ ਖਿਡਾਵੇ ਸਨ, ਇਹਨਾਂ ਨੂੰ ਪਿਆਰ ਕਰਨ ਵਾਲੇ ਸਨ, ਇਹ ਤਾਂ ਨੰਗੇ ਪੈਰ ਨਹੀਂ ਸਨ ਕਦੀ ਸਰਦੀ ਵਿੱਚ ਬਾਹਰ ਨਿਕਲੇ। ਇਹਨਾਂ ਦੇ ਤਨ ਨੂੰ ਤਾਂ ਗਰਮ ਦੁਸ਼ਾਲਿਆਂ ਵਿੱਚ ਢੱਕ ਕੇ ਰੱਖਿਆ ਜਾਂਦਾ ਸੀ। ਤੇ ਉਸ ਦਿਨ ਕੱਲ ਵੀ ਮੈਂ ਕਿਹਾ ਕਿ ਮਾਤਾ ਜੀਤੋ ਜੀ ਦੇ ਚਲਾਣੇ ਤੋਂ ਬਾਅਦ ਸਨਮਾਨਯੋਗ ਮਾਤਾ ਜੀ ਨੇ, ਦਾਦੀ ਮਾਂ ਨੇ ਕੋਈ ਵੀ ਵੇਲਾ ਐਸਾ ਆਉਣ ਹੀ ਨਹੀਂ ਦਿੱਤਾ ਕਿ ਆਪਣੇ ਛੋਟੇ ਪੋਤਿਆਂ ਨੂੰ ਅੱਖਾਂ ਤੋਂ ਦੂਰ ਰੱਖਿਆ ਹੋਵੇ। ਉਹਨਾਂ ਦੇ ਚਲਾਣੇ ਤੋਂ ਬਾਅਦ ਆਪ ਆਪਣੇ ਨਾਲ ਸਵਾਉਂਦੇ ਸਨ ਦੋਨਾਂ ਸਾਹਿਬਜ਼ਾਦਿਆਂ ਨੂੰ, ਜਿਵੇਂ ਅੱਜ ਅਸੀਂ ਇੱਥੇ ਬੈਠੇ ਦੇਖ ਰਹੇ ਹਾਂ ਇਸ ਅਸਥਾਨ ਤੇ। ਸਨਮਾਨਯੋਗ ਮਾਤਾ ਜੀ ਕੋਲ ਜਦੋਂ ਗਏ ਹੋਣਗੇ, ਆਖਰ ਉਂਗਲਾਂ ਵੀ ਜਿਹੜੇ ਪਲੀਤੇ ਲਾਏ ਨੇ ਉਹਨਾਂ ਦੀ ਦਰਦ ਤਾਂ ਸਰੀਰਕ ਤੌਰ ਤੇ ਹੁੰਦੀ ਹੋਵੇਗੀ, ਮਾਤਾ ਜੀ ਨੇ ਦੇਖਿਆ ਹੋਣਾ ਹੈ। ਦੂਸਰੀ ਗੱਲ, ਦੂਨਾ ਸਿੰਘ ਹੰਡੌਰੀਆ ਲਿਖਦਾ ਹੈ, ਉਹ ਵੀ ਇੱਕ ਤਸੀਹੇ ਦਾ, ਵੈਸੇ ਤੇ 2-3 ਤਸੀਹਿਆਂ ਦਾ ਜ਼ਿਕਰ ਕਰਦਾ, ਗਲੇਲਿਆਂ ਦਾ ਜ਼ਿਕਰ ਕਰਦਾ ਹੈ ਕਿ ਗਲੇਲੇ ਨਾਲ ਗਲੇਲੇ ਮਾਰੇ ਗਏ, ਨਿੱਕੇ ਨਿੱਕੇ ਪੱਥਰ, ਸਰਬ ਡਰਾਉਣ ਦਾ ਸੀ। ਇੱਕ ਉਹ ਜ਼ਿਕਰ ਕਰਦਾ ਹੈ ਕਿ ਤੂਤ ਦੀ ਪਤਲੀ ਸੋਟੀ ਲੈ ਕੇ, ਜਿਹਨੂੰ ਕੈਮਚੀ ਕਹਿੰਦੇ ਆ, ਪੰਜਾਬੀ 'ਚ ਅਸੀਂ ਖਮਚੀ ਸ਼ਬਦ ਵਰਤਨੇ, ਉਹ ਕਹਿੰਦਾ ਸਾਹਿਬਜ਼ਾਦਿਆਂ ਉੱਤੇ ਉਹਨਾਂ ਪਤਲੀਆਂ ਖੈਮਚੀਆਂ ਨਾਲ ਵੀ ਵਾਰ ਕੀਤੇ ਗਏ, ਜਿਵੇਂ ਮਾਰਿਆ ਜਾਂਦਾ। ਦੂਨਾ ਸਿੰਘ ਹਡੂਰੀਏ ਦੀ ਕਿਤਾਬ ਹੈ, ਉਹਦੇ ਵਿੱਚ ਉਹ ਲਿਖਦਾ ਹੈ, ਖੈਮਚੀ ਸੰਗ ਲੱਗੇ ਸੋ ਦੁੱਖ ਦੇਵ ਨੰਗ,
ਇਹ ਬਾਲਕ ਸੋ ਫੂਲ ਧੂਪ ਨੇ ਖੇਵਣਾ। ਕਹਿੰਦਾ ਇਹ ਤਾਂ ਉਹ ਬੱਚੇ ਨੇ, ਉਹ ਫੁੱਲ ਨੇ ਜਿਨ੍ਹਾਂ ਨੇ ਨੀ ਧੁੱਪ ਵੀ ਕਦੀ ਨਹੀਂ ਦੇਖੀ। ਇਹਦਾ ਮਤਲਬ ਚਾਹੇ ਕਿਸੇ ਢੰਗ ਨਾਲ ਵੱਖ ਵੱਖ ਵਿਦਵਾਨਾਂ ਨੇ ਜ਼ਿਕਰ ਕੀਤਾ, ਪਰ ਸਾਹਿਬਜ਼ਾਦਿਆਂ ਨੂੰ ਤਸੀਹੇ ਹੋਰ ਵੀ ਦਿੱਤੇ ਗਏ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਲਾਲ ਦੂਸਰੇ ਦਿਨ ਜਦੋਂ ਕਚਹਿਰੀ ਲੱਗਦੀ ਹੈ, ਉਸ ਵਿੱਚ ਨਵਾਬ ਮਲੇਰਕੋਟਲਾ ਵੀ ਪਹੁੰਚਦਾ ਹੈ। ਇਸ ਨੂੰ ਕਿਹਾ ਜਾਂਦਾ ਹੈ ਕਿ ਦੇਖ ਤੇਰੇ ਭਰਾ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਮਾਰਿਆ ਸੀ, ਤੇਰੇ ਭਤੀਜੇ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹੱਥਾਂ ਨਾਲ ਮਾਰਿਆ। ਤੇ ਮੈਂ ਉਸ ਦਿਨ ਅਰਜ਼ ਕੀਤੀ ਸੀ ਜ਼ਫਰਨਾਮੇ ਵਿੱਚ ਇਹਦੇ ਭਰਾ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਹੈ, ਚੂ ਦੀਦਮ ਕੇ ਨਾਹਰ ਬਿਆਮਦ ਬਜ਼ੰਗ, ਨਾਹਰ ਖਾਂ ਇਹਦਾ ਭਰਾ ਸੀ, ਕਿ ਨਾਹਰ ਖਾਂ ਜਰਨੈਲ ਆਇਆ, ਮੈਂ ਉਹਨੂੰ ਅੱਖਾਂ ਨਾਲ ਦੇਖਿਆ, ਚੂ ਦੀਦਮ ਕੇ ਨਾਹਰ ਬਿਆਮਦ ਬਜ਼ੰਗ ਚਾਸ਼ੀ ਦੇ ਯੱਕੇ ਤੇਰ ਤੀਰ ਮਨ ਬੇਦਰੰਗ। ਕਹਿੰਦੇ ਨੇ ਉਹ ਆਇਆ ਮੇਰੇ ਸਾਹਮਣੇ, ਮੈਂ ਆਪਣੇ ਪਹਿਲੇ ਤੀਰ ਦਾ ਸਵਾਦ ਜਿਹੜਾ ਚਮਕੌਰ ਦੀ ਜੁੱਧ ਵਿੱਚ ਨਾਹਰ ਖਾਂ ਨੂੰ ਚਖਾਇਆ ਸੀ, ਮਹਾਰਾਜ ਨੇ ਜ਼ਫਰਨਾਮੇ ਚ ਲਿਖਿਆ। ਸੂਬਾ ਸਰਹੰਦ ਕਹਿੰਦਾ ਹੈ ਕਿ ਤੁਸੀਂ ਦੇਖੋ ਅੱਜ ਮੌਕਾ ਜੇ ਅੱਲਾ ਨੇ ਤੁਹਾਨੂੰ ਦਿੱਤਾ ਕਿ ਤੁਸੀਂ ਇਹਨਾਂ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੂੰ ਤੁਹਾਨੂੰ ਅਸੀਂ ਦਿੰਦੇ ਹਾਂ ਤੋਹਫੇ ਦੇ ਰੂਪ ਵਿੱਚ, ਤੁਸੀਂ ਲਓ, ਤੁਹਾਡੇ ਭਤੀਜਾ ਭਰਾ ਮਾਰਿਆ ਗਿਆ, ਤੁਸੀਂ ਜਿਵੇਂ ਮਰਜ਼ੀ ਇਹਨਾਂ ਨਾਲ ਕਰੋ। ਕਹਿੰਦੇ ਨੇ ਨਵਾਬ ਮਲੇਰਕੋਟਲਾ ਭਾਵਾਂ ਕਿ ਉਹ ਵਿਰੋਧੀ ਰਿਹਾ ਗੁਰੂ ਘਰ ਦਾ, ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ ਉਹ ਵਿਰੋਧ ਕਰਦਾ ਰਿਹਾ, ਪਰ ਇੱਕ ਥਾਂ ਤੇ ਉਹਦੀ ਉਸ ਜਾਗੀ ਕੋਈ ਜ਼ਮੀਰ ਨੇ, ਜਿਸ ਕਚਹਿਰੀ ਵਿੱਚ ਕੋਈ ਵੀ ਆਪਣਾ ਨਹੀਂ, ਉਸ ਜਾਗੀ ਕੋਈ ਜ਼ਮੀਰ ਨੇ ਕਿਹਾ ਸੀ ਨਹੀਂ, ਮੇਰੇ ਭਰਾ ਮੇਰੇ ਭਤੀਜੇ ਸਾਡੇ ਸਾਥੀ ਲੜਾਈ ਵਿੱਚ ਮਰੇ ਨੇ, ਪਰ ਇਹ ਪਾਪ ਹੈ ਕਿ ਇਹਨਾਂ ਸ਼ੀਰ ਖੋਰ ਬੱਚਿਆਂ ਉੱਤੇ ਜ਼ੁਲਮ ਕਰਨਾ। ਵਜ਼ੀਰ ਖਾਂ, ਗੁਰੂ ਗੋਬਿੰਦ ਸਿੰਘ ਮਿਲੇਗਾ, ਆਪਾਂ ਰਲ ਕੇ ਮੁਕਾਬਲਾ ਕਰੀਏ ਉਹਦਾ, ਪਰ ਇਹਨਾਂ ਬੱਚਿਆਂ ਨੂੰ ਛੱਡ ਦੇ, ਕਿਉਂਕਿ ਇਹਨਾਂ ਦਾ ਕੋਈ ਦੋਸ਼ ਨਹੀਂ, ਇਹਨਾਂ ਦਾ ਕੋਈ ਕਸੂਰ ਨਹੀਂ ਹੈ। ਇਤਿਹਾਸ ਕਹਿੰਦਾ ਵਜ਼ੀਰ ਖਾਂ ਢਲਦਾ ਹੈ ਥੋੜਾ ਜਿਹਾ, ਬਰਾਬਰ ਦਾ ਬੰਦਾ ਜਦੋਂ ਗੱਲ ਕਰੇ ਨਾ ਉਦੋਂ ਗੱਲ ਫਿਰ ਧਿਆਨ ਨਾਲ ਸੁਣੀ ਜਾਂਦੀ ਹੈ। ਕਈ ਵਾਰੀ ਯਾਦ ਰੱਖਿਓ, ਬਰਾਬਰ ਦਾ ਬੰਦਾ ਨਾ ਹੋਵੇ, ਪਦਵੀ ਕਰਕੇ ਧਨ ਕਰਕੇ ਗੱਲ ਜਿਤਨੀ ਮਰਜ਼ੀ ਕੀਮਤੀ ਕਰੇ, ਤਕੜੇ ਬੰਦੇ ਉਹਦੀ ਗੱਲ ਵੱਲ ਤਵੱਜੋ ਨਹੀਂ ਦਿੰਦੇ, ਉਹ ਬਰਾਬਰ ਦਾ ਹੈ ਨਾ। ਉਹਨੇ ਕਿਹਾ ਤੂੰ ਧਿਆਨ ਦੇ, ਇਹਨਾਂ ਤੇ ਜ਼ੁਲਮ ਕਰੇਗਾ ਪਾਪ ਹੈ। ਥੋੜਾ ਜਿਹਾ ਉਹਦਾ ਚਿਹਰਾ ਢਲਦਾ ਹੈ ਕਿ ਗੱਲ ਤਾਂ ਸੱਚ ਕਹਿ ਰਿਹਾ। ਤੇ ਮੈਂ ਕੱਲ ਵੀ ਕਿਹਾ ਸੀ ਗੁਰੂ ਗ੍ਰੰਥ ਸਾਹਿਬ ਵਿੱਚ, ਚਲੋ ਫਿਰ ਕਿਤੇ ਮੌਕਾ ਮਿਲੇਗਾ, ਗੁਰੂ ਗ੍ਰੰਥ ਸਾਹਿਬ ਕਿਸੇ ਵੀ ਧਰਮ ਦੀ ਹੋਂਦ ਨਹੀਂ ਮੇਟਦਾ, ਗੁਰੂ ਗ੍ਰੰਥ ਸਾਹਿਬ ਦਾ ਪੁਨਰ ਨਿਰਮਾਣ ਕਰਕੇ ਉਹਦੀ ਵਿਆਖਿਆ ਨਵੀਂ ਕਰਦਾ। ਜਿਵੇਂ ਕੱਲ ਪੜਿਆ ਸੀ ਮੇਹਰ ਮਸੀਤ ਸਿਦਕ ਮੁਸੱਲਾ, ਇਹ ਪੁਨਰ ਸਿਰਜਣਾ ਨਹੀਂ, ਅਰਥ ਕਰ ਦਿੱਤੇ, ਜੋਗ ਮਾਧਿਅ ਅਰਥ ਕੀਤੇ, ਮੁੰਦਾ ਸੰਤੋਖ ਸ਼ਰਮ ਪਦ ਝੋਲੀ। ਗੁਰੂ ਸਾਹਿਬ ਨੇ ਕਿਹਾ ਮੁਸਲਮਾਨ ਮੋਮ ਦਿਲ ਹੋਵੇ ਹੋਵੇ, ਮੁਸਲਮਾਨ ਤਾਂ ਮੋਮਬੱਤੀ ਦੀ ਤਰ੍ਹਾਂ ਹੈ, ਮੋਮਬੱਤੀ ਆਪਣੇ ਆਪ ਨੂੰ ਪਿਘਲਾ ਕੇ ਲੋਕਾਂ ਨੂੰ ਚਾਨਣ ਦਿੰਦੀ ਏ। ਜੇ ਮਹਾਰਾਜ ਮੁਸਲਮਾਨ ਸ਼ਬਦ ਦੇ ਵਿਰੋਧੀ ਹੁੰਦੇ, ਇਹਦੀ ਪੁਨਰ ਸਿਰਜਣਾ ਕਦੀ ਨਾ ਕਰਦੇ। ਉਹਨਾਂ ਕਿਹਾ ਮੋਮਬੱਤੀ ਦੀ ਤਰ੍ਹਾਂ ਹੁੰਦਾ ਹੈ, ਕਾਜੀ ਸੋ ਜੋ ਉਲਟੀ ਕਰੇ। ਮਹਾਰਾਜ ਕਹਿੰਦੇ ਨੇ ਕਾਜੀ ਹੋਵੇ ਜਿਹੜਾ ਸ਼ੈਤਾਨ ਤੋਂ ਉਲਟ ਕੰਮ ਕਰਦਾ ਹੈ, ਅੱਲਾਹ ਵਾਲੇ ਕੰਮ ਕਰਦਾ। ਮੈਂ ਫਿਰ ਬੇਨਤੀ ਕਰਾਂਗਾ, ਉਸ ਦੇ ਮਨ ਚ ਆਇਆ ਬਰਾਬਰ ਦਾ ਸੀ, ਤੇ ਦੂਜੀ ਗੱਲ ਇਹ ਉਸ ਕਮਿਊਨਿਟੀ ਵਿੱਚੋਂ ਜਿਹੜੀ ਰਾਜ ਕਰਦੀ ਪਈ, ਉਸ ਕਮਿਊਨਿਟੀ ਚੋਂ ਹੈ, ਉਹ ਗੱਲ ਕਰੇਗਾ ਬਰਾਬਰ ਦਾ, ਆਜ਼ਾਦ ਹੈ, ਉਹਦੀ ਪਦਵੀ ਉਹਦਾ ਆਪਣਾ ਖੇਤਰ ਹੈ ਜਿੱਥੇ ਉਹਦਾ ਰਾਜ ਹੈ। ਉਹਨੇ ਕਿਹਾ ਪਾਪ ਹੈ, ਜਦੋਂ ਵਜ਼ੀਰ ਖਾਂ ਥੋੜਾ ਜਿਹਾ ਢਲਦਾ ਹੈ, ਉਸੇ ਵਕਤ ਸੁੱਚਾ ਆਨੰਦਪੁਰੀ ਜਿਹੜਾ ਗੁਲਾਮ ਕੌਮ ਦਾ ਬੰਦਾ ਹੈ, ਉਹਦੇ ਖਿਆਲ ਤੁਸੀਂ ਦੇਖੋ ਉੱਠਦਿਆਂ ਸਾਰ ਕਹਿੰਦਾ ਸੂਬੇ ਨੂੰ, ਤੁਸੀਂ ਕਿਹਦੀਆਂ ਕਿਹੜੀਆਂ ਗੱਲਾਂ ਵਿੱਚ ਆ ਗਏ ਨਵਾਬ ਸਾਹਿਬ ਦੀਆਂ, ਇਹ ਬੱਚੇ ਛੱਡਣ ਵਾਲੇ ਨੇ। ਉੱਥੇ ਉਹ ਫਰਦੋਸ਼ੀ ਦਾ ਸ਼ੇਰ ਕਹਿੰਦਾ, ਉਂਝ ਵੈਸੇ ਗੁਰੂ ਗੋਬਿੰਦ ਸਿੰਘ ਫਰਦੋਸ਼ੀ ਦਾ ਸ਼ਾਹਨਾਮਾ ਮਹਾਰਾਜ ਨੇ ਪੜ੍ਹਿਆ, ਉਹਨਾਂ ਨੇ ਜ਼ਫਰਨਾਮਾ, ਆਹ ਜਿਹੜਾ ਚੂੰਕਾਰ ਆਜ਼ਾ ਹੁੰਗਾ ਉੱਤੇ ਦਰਗੁਜਸਤੇ, ਇਹ ਵੀ ਉਹਦੇ ਵਿੱਚੋਂ ਸ਼ੇਰ ਮਹਾਰਾਜ ਜ਼ਫਰਨਾਮੇ 'ਚ ਫਰਦੋਸ਼ੀ ਦਾ ਹਵਾਲਾ ਦਿੰਦੇ। ਉੱਥੇ ਉਹ ਕਹਿੰਦਾ ਸੁੱਚਾਨੰਦ, ਉਹ ਫਾਰਸੀ ਵਿੱਚ ਵੀ ਬੋਲਦਾ, ਵਿਦਵਾਨ ਸੀ, ਕਹਿੰਦਾ ਦੇਖੋ ਨਵਾਬ ਸਾਹਿਬ ਦੀ ਗੱਲ ਤੁਸੀਂ ਸੁਣੀ, ਤੁਸੀਂ ਥੋੜ੍ਹਾ ਜਿਹਾ ਢਲ ਗਏ, ਪਰ ਕਹਿੰਦਾ ਮੇਰੀ ਇੱਕ ਗੱਲ ਯਾਦ ਰੱਖਿਓ ਕਿ ਸੱਪ ਨੂੰ ਮਾਰਨਾ ਤੇ ਸੱਪ ਦੇ ਪੁੱਤਰਾਂ ਨੂੰ ਪਾਲਣਾ ਇਹ ਕਦੀ ਵੀ ਚੰਗਾ ਨਹੀਂ ਹੁੰਦਾ। ਇਹ ਸੁੱਚਾਨੰਦ ਨੇ ਕਿਹਾ, ਕਹਿੰਦਾ ਸੱਪ ਨੂੰ ਮਾਰਨਾ ਚਾਹੁੰਦੇ ਹੋ ਤੇ ਸਪੋਲੀਏ ਪਾਲਣਾ ਚਾਹੁੰਦੇ ਹੋ,
ਜੇ ਤੁਸੀਂ ਸੱਪ ਨੂੰ ਖਤਮ ਕਰਨਾ ਤੇ ਸਪੋਲੀਏ ਵੀ ਖਤਮ ਕਰਨੇ ਪੈਣਗੇ। ਇਹਨੂੰ ਸਾਡੇ ਇਤਿਹਾਸਕ ਗ੍ਰੰਥ ਨੇ ਲਿਖਿਆ, ਨੀਕੇ ਬਾਰਕ ਤੂੰ ਮਤ ਜਾਣੂ, ਉਸ ਸ਼ੇਰ ਦਾ ਤਰਜਮਾ ਕੀਤਾ, ਨੀਕੇ ਬਾਰਕ ਤੂੰ ਮਤ ਜਾਣੂ ਨਾਗੋ ਕੇ ਇਹ ਪੂਤ ਪਛਾਣੋ, ਤੁਮਰੇ ਹਾਥ ਆ ਜੇ ਆਏ ਕਰੋ ਅਬੇ ਜੋਈ ਮਨ ਪਾਏ। ਕਹਿੰਦਾ ਇਹ ਨਾਗਾਂ ਦੇ ਪੁੱਤਰ ਨੇ, ਇਸ ਕਰਕੇ ਸਾਡੇ ਬੱਚਿਆਂ ਲਈ ਸ਼ਬਦ ਭੁਚੰਗੀ ਵਰਤਿਆ ਜਾਂਦਾ, ਭੁਚੰਗੀ ਦਾ ਅਰਥ ਸੱਪ ਹੁੰਦਾ, ਇਹ ਸ਼ਬਦ ਵਰਤੇ। ਨੀਕੇ ਬਾਰਕ ਤੂੰ ਮਤ ਜਾਣੋ ਨਾਗੋ ਕੇ ਪੂਤ ਪਛਾਣੋ, ਤੁਮਰੇ ਹਾਥ ਆਪ ਜੇ ਆਈਏ ਆਏ ਕਰੋ ਅਬੈ ਜੋਈ ਮਨ ਪਾਏ। ਉਸ ਵਕਤ ਇਹਨਾਂ ਦੋਨਾਂ ਸਾਹਿਬਜ਼ਾਦਿਆਂ ਦੇ ਕੋਲ ਸੁੱਚਾਨੰਦ ਜਾਂਦਾ ਹੈ ਤੇ ਸ਼ਬਦ ਕਹਿੰਦਾ ਹੈ ਕਿ ਬੱਚਿਓ ਜੇ ਤੁਹਾਨੂੰ ਛੱਡ ਦਿੱਤਾ ਜਾਏ ਤੇ ਫਿਰ ਕੀ ਕਰੋਗੇ। ਮੈਂ ਕੱਲ ਵੀ ਅਰਜ਼ ਕੀਤੀ, ਉਹ ਮੁਸਕਰਾ ਕੇ ਕਹਿੰਦੇ ਆ ਛੱਡ ਕਿੱਥੇ ਦੇਣਾ ਹੈ, ਤੇ ਉਹ ਮਜ਼ਾਕ ਚ ਗੱਲ ਪੁੱਛਦਾ ਕਹਿੰਦਾ ਮੈਂ ਭੁੱਲ ਗਿਆ ਤੁਹਾਡਾ ਨਾਮ ਕੀ ਹੈ, ਜਿਵੇਂ ਬੱਚਿਆਂ ਨੂੰ ਆਰੇ ਲਾਈਦਾ ਹੈ ਤੁਹਾਡਾ ਨਾਮ ਕੀ ਹੈ। ਤੇ ਇੱਕੋ ਦਮ ਬਾਬਾ ਫਤਿਹ ਸਿੰਘ ਬੋਲਦੇ ਆ, ਕਹਿਣ ਲੱਗੇ ਗੋਬਿੰਦ ਸਿੰਘ ਕੇ ਪੂਤ ਹੈ ਮਾਤਾ ਗੁਜਰੀ ਪਾਹੇ, ਜੋਰਾਵਰ ਸਿੰਘ ਫਤਿਹ ਸਿੰਘ ਨਾਮ ਹਮਾਰੇ ਵਾਹੇ। ਇਹ ਕਥਾ ਗੁਰੂ ਸੁਤਨ ਦਾ ਦੋ ਸਤਰਾਂ ਨੇ। ਕਹਿਣ ਲੱਗੇ ਗੋਬਿੰਦ ਸਿੰਘ ਕੇ ਪੂਤ ਹੈ, ਸਾਡਾ ਨਾਂ ਪੁੱਛਣ ਤੋਂ ਪਹਿਲਾਂ ਯਾਦ ਰੱਖੀ ਸਾਡੇ ਬਾਪੂ ਦਾ ਨਾਂ ਪੁੱਛ, ਅਸੀਂ ਕਿਹਦੇ ਪੁੱਤਰ, ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ, ਦਾਦੀ ਦੇ ਨਾਲ ਆਏ ਹਾਂ। ਇਹਦਾ ਨਾਮ ਵੀਰ ਦਾ ਜ਼ੋਰਾਵਰ ਸਿੰਘ, ਮੇਰਾ ਨਾਮ ਫਤਿਹ ਸਿੰਘ ਹੈ। ਗੋਬਿੰਦ ਸਿੰਘ ਕੇ ਹਮ ਪੂਤ ਹਮ ਮਾਤਾ ਗੁਜਰੀ ਪਾਹੇ, ਜੋਰਾਵਰ ਸਿੰਘ ਫਤਿਹ ਸਿੰਘ ਨਾਮ ਹਮਾਰੇ ਆਹੇ। ਫਿਰ ਉਹਨੇ ਪੁੱਛਦਾ ਅਗਲੀ ਗੱਲ, ਜੇ ਛੱਡੋਗੇ, ਜੇ ਛੱਡ ਦਿਆਂਗੇ ਫਿਰ ਕੀ ਕਰੋਗੇ। ਭਾਵੇਂ ਪ੍ਰਿੰਸੀਪਲ ਸਤਵੀਰ ਸਿੰਘ ਨੇ ਦੁਕਾਨਾਂ ਦਾ ਜ਼ਿਕਰ ਵੀ ਕੀਤਾ ਵੀ ਵੱਖ ਵੱਖ ਦੁਕਾਨਾਂ ਬਣਾਈਆਂ ਖਿਡੌਣਿਆਂ ਦੀ, ਕਿਰਪਾਨ ਦੀ, ਉਹ ਚਲੋ ਇੰਨੀ ਗੱਲ ਪ੍ਰਚਲਿਤ ਨਹੀਂ। ਉਹ ਤੁਸੀਂ ਕੀ ਕਰੋਗੇ, ਹੱਸ ਕੇ ਕਹਿੰਦੇ ਆ, ਪਹਿਲੀ ਗੱਲ ਤੁਸੀਂ ਛੱਡਣਾ ਹੀ ਨਹੀਂ, ਜੋ ਤੁਸੀਂ ਕਰਦੇ ਪਏ ਉਹ ਛੱਡਣ ਵਾਲਾ ਕੰਮ ਨਹੀਂ। ਕਹਿੰਦੇ ਜੇ ਛੱਡ ਦਈਏ ਤਾਂ, ਕਹਿਣ ਲੱਗੇ ਛੱਡ ਦਿਓਗੇ, ਸਾਨੂੰ ਪਤਾ ਆਨੰਦਪੁਰ ਸਾਹਿਬ ਉਜਾੜ ਦਿੱਤਾ ਗਿਆ, ਉਜਾੜਿਆ ਗਿਆ ਸੀ, ਅਸੀਂ ਜਾਵਾਂਗੇ ਜੰਗਲ 'ਚ, ਖਿੰਡੀ ਪੁੰਡੀ ਕੌਮ ਨੂੰ ਦੁਬਾਰਾ ਫਿਰ ਇਕੱਠਿਆਂ ਕਰਾਂਗੇ, ਅਸੀਂ ਸ਼ਸਤਰ ਇਕੱਠੇ ਕਰਾਂਗੇ, ਘੋੜੇ ਇਕੱਠੇ ਕਰਾਂਗੇ, ਸ਼ਸਤਰਾਂ ਦੇ ਕਾਰਖਾਨੇ ਲਾਵਾਂਗੇ, ਸਾਰੀ ਕੌਮ ਜਦੋਂ ਇੱਕ ਮੁੱਠ ਹੋਵੇਗੀ, ਇੱਕ ਹੋਵਾਂਗੇ, ਸ਼ਕਤੀ ਇੱਕ ਹੋਵੇਗੀ। ਮੈਂ ਸੋਚਣਾ ਧੰਨ ਗੁਰੂ ਗੋਬਿੰਦ ਸਿੰਘ ਤੋਂ ਕੁਰਬਾਨ ਜਾਈਏ, ਜੋ ਮੰਜ਼ਿਲ ਪਿਓ ਨੇ ਮਥੀ ਉਹ ਬੱਚਿਆਂ ਦੇ ਖੂਨ ਵਿੱਚ ਰਚੀ ਹੋਈ। ਇਹ ਗੱਲ ਐਵੇਂ ਥੋੜ੍ਹਾ ਕਹਿ ਦਿੱਤੀ ਸੀ, ਜਾਵਾਂਗੇ ਨਿਆਣਿਆਂ ਵਾਲੀ ਗੱਲ ਥੋੜ੍ਹਾ, ਉਹਨਾਂ ਨੂੰ ਪਤਾ ਸਾਡੀ ਮੰਜ਼ਿਲ ਕੀ ਹੈ, ਇਸ ਧਰਤੀ ਤੇ ਕਾਹਦੇ ਲਈ ਆਇਆ, ਨਾ ਅਸੀਂ ਜੀਣ ਲਈ ਆਇਆ, ਨਾ ਖਾਣ ਲਈ ਆਇਆ, ਨਾ ਪੀਣ ਲਈ ਆਇਆ, ਨਾ ਮਹੱਲਾਂ 'ਚ ਰਹਿਣ ਆਇਆ, ਸਾਡੇ ਘਰ ਦੀ ਮੰਜ਼ਿਲ ਕੋਈ ਹੋਰ ਹੈ। ਕਹਿੰਦੇ ਇਕੱਠੇ ਹੋਵਾਂਗੇ, ਸ਼ਸਤਰ ਇਕੱਠੇ ਕਰਾਂਗੇ, ਘੋੜੇ ਲਿਆਵਾਂਗੇ, ਸਿੰਘ ਇਕੱਠੇ ਹੋਣਗੇ। ਸੁੱਚਾਨੰਦ ਕਹਿੰਦਾ ਫਿਰ, ਕਹਿਣ ਲੱਗੇ ਫਿਰ ਆ ਜਿਸ ਸੂਬੇ ਸਾਹਮਣੇ ਤੁਸੀਂ ਕਹਿੰਦੇ ਹੋ ਝੋਕੇ ਸਜਦਾ ਕਰੋ, ਸ਼ਸਤਰ ਦੇ ਨਾਲ ਇਹਦਾ ਸਿਰ ਲਾ ਦਿਓ। ਸੱਚੀ ਮੁੱਚੀ ਮੈਂ ਕਹਿੰਦਾ ਯਾਦ ਰੱਖਿਓ ਇਸ ਗੱਲ ਨੂੰ, ਭਵਿੱਖਬਾਣੀ ਦੇ ਰੂਪ ਚ ਲਿਓ। ਚਲੋ ਕਹਿ ਦੇਣਾ ਵੀ ਸਾਹਿਬਜ਼ਾਦਿਆਂ ਕਿਹਾ ਇਕੱਠੇ ਹੋਵਾਂਗੇ, ਤੇਰੇ ਨਾਲ ਟੱਕਰ। ਸੱਚਮੁੱਚ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੇ ਸਾਧ ਬਚਨ ਅਟਲਾ ਦਾ, ਜਦੋਂ ਸਾਰਾ ਮਾਝਾ ਮਾਲਵਾ ਤੇ ਬਾਬਾ ਬੰਦਾ ਸਿੰਘ ਬਹਾਦਰ, ਸਾਰੀ ਕੌਮ ਇੱਕ ਮਿੱਠ ਮੁੱਠ ਹੋਈ, ਵਜ਼ੀਦ ਖਾਨ ਨਾਲ ਉਹ ਹੀ ਵਾਪਰਿਆ ਜੋ ਸਾਹਿਬਜ਼ਾਦੇ ਕਹਿ ਕੇ ਗਏ ਸੀ, ਕਿ ਕੌਮ ਇਕੱਠੀ ਨਹੀਂ ਹੋਈ, ਕਿ ਸ਼ਸਤਰ ਇਕੱਠੇ ਨਹੀਂ ਹੋਏ, ਕਿ ਘੋੜੇ ਇਕੱਠੇ ਨਹੀਂ ਹੋਏ, ਹੁਕਮਨਾਮੇ ਦਿੱਤੇ, ਸਾਰੀ ਕੌਮ ਇਕੱਠੀ ਹੋਈ, ਉਸੇ ਸੂਬੇ ਨੂੰ ਵੱਢ ਕੇ ਰੱਖ ਦਿੱਤਾ, ਟੁਕੜੇ ਕਰ ਦਿੱਤੇ। ਮੈਂ ਇੱਕ ਦਿਨ ਕਿਹਾ ਸੀ, ਇੱਕ ਦਿਨ ਸੱਜਣ ਬੋਲ ਲਿਆ ਸੀ ਕਿ ਵਜ਼ੀਰ ਖਾਨ ਦੀ ਕਬਰ ਉੱਤੇ ਕੋਈ ਨਹੀਂ, ਦੀਵਾ ਬਾ ਉਹਦੀ ਤਾਂ ਕਬਰ ਹੀ ਕੋਈ ਨਹੀਂ। ਭਾਈ ਸਾਹਿਬ ਹੈ ਕਿਤੇ, ਕਿਤੇ ਵਜ਼ੀਰ ਖਾਨ ਦੀ ਹੈ ਜੀ ਥਾਂ? ਨਹੀਂ ਨਹੀਂ। ਮੈਂ ਕਹਿੰਦਾ ਹਰ ਪਾਪੀ ਤੋਂ ਪਾਪੀ ਔਰੰਗਜ਼ੇਬ ਦੀ ਵੀ ਹੈ ਜੇ ਕਬਰ, ਇਹ ਬੰਦਾ ਕਿੰਨਾ ਕੁ ਨਾ ਬਖਸ਼ਣ ਯੋਗ ਹੋਵੇਗਾ ਜਿਹਦੀ ਕਬਰ ਵੀ ਕੋਈ ਨਹੀਂ ਬਣੀ ਹੋਈ। ਵਜ਼ੀਰ ਖਾਨ ਦੀ ਕੋਈ ਥਾਂ ਨਹੀਂ ਹੈਗੀ। ਸਤਿਗੁਰੂ ਦੇ ਲਾਲਾਂ ਕਿਹਾ ਕੁਛ ਕਰਾਂਗੇ, ਜੋ ਕੁਝ ਕਚਹਿਰੀ ਚ ਕਿਹਾ ਕੇਵਲ ਇਤਿਹਾਸਕਾਰਾਂ ਨੇ ਜਜ਼ਬਾ ਭਰ ਲਈ, ਉਹ ਸੱਤ ਹੋਇਆ। ਸੱਚਮੁੱਚ ਉਹਨਾਂ ਦੇ ਕਹੇ ਹੋਏ ਬਚਨ ਸਿੱਖਾਂ ਦੇ ਖੂਨ ਵਿੱਚ ਧਸ ਗਏ, ਅਸੀਂ ਇਕੱਠੇ ਹੋਵਾਂਗੇ, ਅਸੀਂ ਬਦਲਾ ਲਾਂਗੇ। ਸੱਚਮੁੱਚ ਉਹਨਾਂ ਨੇ ਆ ਕੇ ਤੇ ਦੁਸ਼ਟ ਨੂੰ ਸੋਧਿਆ। ਮੈਂ ਬੇਨਤੀ ਕਰਾਂ ਜਦੋਂ ਇਹ ਸ਼ਬਦ ਕਹੇ ਤੇ ਸੁੱਚਾਨੰਦ ਇੱਕੋ ਦਮ ਕਹਿੰਦਾ, ਦੇਖ ਲਓ ਸੂਬਾ ਸਾਹਿਬ, ਤੁਸੀਂ ਨਵਾਬ ਸਾਹਿਬ ਦੀਆਂ ਗੱਲਾਂ 'ਚ ਆ ਗਏ, ਇਸ ਜੰਮ ਦੀਆਂ ਸੂਲਾਂ ਦੇ ਮੂੰਹ ਤਿੱਖੇ ਨੇ,
ਜੇ ਵੱਡੀਆਂ ਹੋ ਗਈਆਂ ਤੇ ਫਿਰ ਕੀ ਕਰਨਗੀਆਂ। ਇਸ ਗੱਲ ਦਾ ਫਤਵਾ ਦਿੱਤਾ ਹੈ ਬਾਗੀ ਨੇ, ਹੋਰ ਕੋਈ ਤਰੀਕਾ ਬਣਦਾ ਹੀ ਨਹੀਂ ਸੀ ਪਿਆ, ਕਿਉਂਕਿ ਹਕੂਮਤ ਦਾ ਬਾਗੀ ਹੋਵੇਗਾ ਤੇ ਫਤਵਾ ਮਿਲੇਗਾ। ਮੈਂ ਬੇਨਤੀ ਕਰਾਂਗਾ ਸਾਹਿਬਜ਼ਾਦਿਆਂ ਨੂੰ, ਤਸੀਹੇ ਵੀ ਦਿੱਤੇ, ਇਹ ਕੁਛ ਵੀ ਹੋਇਆ। ਫਿਰ ਇਹ ਸੂਬਾ ਸਰਹੰਦ ਕੋਲੋਂ ਸ਼ੇਰ ਮੁਹੰਮਦ ਖਾਂ ਹਾ ਦਾ ਨਾਰਾ ਮਾਰ ਕੇ ਬਾਹਰ ਚਲਾ ਗਿਆ। ਸੱਚ ਇਹਵੇ ਸਿੱਖਾਂ ਨੂੰ ਰੱਬ ਨੇ ਬੜਾ ਵਿਸ਼ਾਲ ਦਿਲ ਦਿੱਤਾ ਹੈ। ਮੈਂ ਬੇਨਤੀ ਕੀਤੀ ਕਿ ਸ਼ੇਰ ਮੁਹੰਮਦ ਖਾਂ ਨੇ ਘੱਟ ਨਹੀਂ ਗੁਜ਼ਾਰੀ। ਬਾਬਾ ਬੰਦਾ ਸਿੰਘ ਬਹਾਦਰ ਮਲੇਰਕੋਟਲੇ ਤਾਂ ਗਿਆ ਕਿਉਂਕਿ ਉੱਥੇ ਬੀਬੀ ਅਨੂਪ ਕੌਰ ਦਾ ਸਰੀਰ ਸੀ। ਉਹਨ ਜਿਹਦੇ ਰੌਲਾ ਪਾਇਆ ਇਹਨਾਂ ਨੇ ਵੀ ਇਹਨੇ ਤਾਂ ਕਬਰਾਂ ਵੀ ਪੱਟ ਦਿੱਤੀਆਂ। ਉਹਨੇ ਕਬਰਾਂ ਇਸ ਕਰਕੇ ਨਹੀਂ ਪੱਟੀਆਂ ਸਨ ਉਸ ਬੀਬੀ ਦੇ ਲਈ, ਪਰ ਜੇ ਇੱਕ ਵਾਰੀ ਉਹਨੇ ਸਿਰਫ ਕਚਹਿਰੀ 'ਚ ਕੁਛ ਖਿੰਨਲੀ ਖਾਂ ਦਾ ਨਾਰਾ ਮਾਰਿਆ। ਗੁਰੂ ਗੋਬਿੰਦ ਸਿੰਘ ਦਾ ਪੰਥ ਅੱਜ ਵੀ ਉਸ ਹਾਂ ਦੇ ਨਾਰੇ ਨੂੰ ਸਤਿਕਾਰਦਾ ਹੈ। ਫਤਵਾ ਕੀ ਦਿੱਤਾ ਗਿਆ? ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੂੰ ਨੀਆਂ ਦੇ ਵਿੱਚ ਚਿਣ ਦਿੱਤਾ ਜਾਏ, ਇਹਨਾਂ ਜਿਉਂਦਿਆਂ ਨੂੰ ਨੀਆਂ ਵੀ ਚਿਣਿਆ ਜਾਏ। ਭਾਵੇਂ ਕਈ ਸੱਜਣ ਇਤਿਹਾਸਕਾਰ ਇਸ ਘਟਨਾ ਨੂੰ 12 ਪੋਹ ਨਾਲ ਜੋੜਦੇ ਆ, ਪਰ ਚਲੋ ਆਪਾਂ ਕਿਸਾ ਦੁਬਧਾ 'ਚ ਨਹੀਂ ਪੈਣਾ। ਦਿਨ ਇੱਕ ਪਹਿਲਾਂ ਕੀ ਤੇ ਬਾਅਦ ਕੀ? ਸਾਹਿਬਜ਼ਾਦਿਆਂ ਲਈ ਨੀਆਂ ਤਿਆਰ ਕੀਤੀਆਂ ਗਈਆਂ, ਨੀਆਂ ਵੀ ਚਿੰਨ ਲੱਗੇ, ਸੱਚਮੁੱਚ ਦੀਵਾਰਾਂ ਡਿੱਗੀਆਂ ਨੇ। ਨੀਆਂ ਚਿੰਨ ਦਾ ਹੌਸਲਾ ਕੌਣ ਕਰੇ? ਸ਼ਾਸ਼ਲ ਬੇਗ ਤੇ ਵਾਸ਼ਲ ਬੇਗ ਸਮਾਣੇ ਦੇ ਜਲਾਦ, ਉਹਨਾਂ ਦਾ ਇੱਥੇ ਮੁਕੱਦਮਾ ਸੀ। ਉਹਨਾਂ ਕਿਹਾ ਸਾਡਾ ਮੁਕੱਦਮਾ ਖਾਰਜ ਕਰੋ, ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੂੰ ਕਤਲ ਅਸੀਂ ਕਰਾਂਗੇ। ਸ਼ਾਸ਼ਲ ਬੇਗ ਤੇ ਵਾਸ਼ਲ ਬੇਗ ਉਹਨਾਂ ਰਲ ਕੇ ਜਦੋਂ ਇਹ ਦੀਵਾਰ ਖੜੀ ਹੁੰਦੀ ਪਈ ਹੈ, ਦੀਵਾਰ ਡਿੱਗਦੀ ਹੈ। ਸੱਚ ਇਹ ਸਾਹਿਬਜ਼ਾਦੇ ਵਾਪਸ ਪਹੁੰਚਾਏ ਜਾਂਦੇ। ਗਿਆਨੀ ਗਿਆਨ ਸਿੰਘ ਤਵਾਰੀ ਖਾਲਸਾ 'ਚ ਲਿਖਦਾ ਕਿ ਵਾਪਸ ਪਹੁੰਚਾਏ ਜਾਂਦੇ ਆ, ਹੋਸ਼ ਵਿੱਚ ਆਉਂਦੇ ਆ। ਪਰ ਜਿਹੜਾ 13 ਪੋਹ ਦਾ ਦਿਨ ਹੈ, 12 ਪੋਹ ਦੀ ਰਾਤ ਠੰਡੇ ਬੁਰਜ 'ਚ, ਮੈਂ ਕਹਿੰਦਾ ਸਿਰਫ ਭਾਈ ਮੋਤੀ ਰਾਮ, ਬਾਬਾ ਮੋਤੀ ਰਾਮ ਜੀ ਨੇ ਦੁੱਧ ਛਕਾਇਆ, ਪ੍ਰਸ਼ਾਦਾ ਤਾਂ ਕਿਸੇ ਨੇ ਛਕਾਇਆ, ਰਾਤ ਹੀ ਛਕਾਇਆ ਹੋਣਾ, ਉਹ ਕਿਹੜਾ ਸਵੇਰੇ ਲੈ ਕੇ ਦੁੱਧ ਫਿਰ ਪਹੁੰਚ ਗਿਆ। ਸੱਚ ਇਹ ਵੀ 8 ਪੈਰਾਂ ਪਿੱਛੋਂ ਦੁੱਧ, ਕੋਈ ਖਾਣਾ ਪ੍ਰਸ਼ਾਦ ਪਾਣੀ ਨਹੀਂ ਲੈ ਕੇ ਗਿਆ। 12 ਪੋਹ ਦੀ ਰਾਤ ਕਿਸ ਤਰ੍ਹਾਂ ਬਤੀਤ ਹੋਈ ਹੋਵੇਗੀ? ਬੜਾ ਕਹਿਣਾ ਸੌਖਾ ਜੀ, ਕਥਾ 'ਚ ਮੈਂ ਫਿਰ ਅਰਜ਼ ਕਰਾਂਗਾ। ਤਸੀਹੇ ਵੀ ਦਿੱਤੇ ਗਏ, ਸੀਤ ਵੀ ਖੱਡੀਆਂ ਨੂੰ ਚੀਰਦੀ ਏ, ਆਖਰ ਸਭ ਕੁਝ ਅੱਖਾਂ ਸਾਹਮਣੇ ਆਨੰਦਪੁਰ ਸਾਹਿਬ ਦੇ ਸੁੱਖ ਸਹੂਲਤਾਂ ਵੀ ਨੇ, ਤੇ ਅੱਜ ਉਹ ਮੌਕਾ ਜਿੱਥੇ ਕੁਛ ਵੀ ਪੱਲੇ ਨਹੀਂ। ਇਹ ਮੈਂ ਮਾਛੀਵਾੜੇ ਵੀ ਇੱਕ ਬੇਨਤੀ ਕੀਤੀ ਸੀ ਕਥਾ ਦੀ ਸਮਾਪਤੀ ਤੇ, ਕਵੀ ਸੈਨਾਪਤ ਨੇ ਸ਼੍ਰੀ ਗੁਰੂ ਸ਼ੋਭਾ 'ਚ ਲਿਖਿਆ, ਉਹ ਕਹਿੰਦਾ ਨਿਰੰਕਾਰ ਅਪਾਰ ਗਤ ਬਹੁਵਿਧ ਕਰ ਵਿਸਤਾਰ, ਛਿਨਮੈ ਸਭ ਕਿਸ ਤਿਆਗ ਦਿਓ ਭਇਓ ਏਕੰਕਾਰ। ਬੜੀ ਸੋਹਣੀ ਉਹਨੇ ਗੱਲ ਕਹੀ, ਕਹਿੰਦਾ ਗੁਰੂ ਗੋਬਿੰਦ ਸਿੰਘ ਦਾ ਵਿਸਤਾਰ ਕਰਨਾ ਤੇ ਸੰਕੋਚਨਾ ਇਸ ਤਰ੍ਹਾਂ ਜਿਵੇਂ ਰੱਬ ਆਪਣੀ ਰਚਨਾ ਕਰਦਾ ਸ੍ਰਿਸ਼ਟੀ ਦੀ, ਜਦੋਂ ਮੌਜ ਆਉਂਦੀ ਏ ਹਰਕਾ ਬਾਗਰਾ ਬਣਾ ਦਿੰਦਾ, ਹਰ ਤਰ੍ਹਾਂ ਦਾ ਸੁੱਖ ਬਣਾ ਦਿੰਦਾ। ਸੱਚੀ ਮੁੱਚੀ ਲੋਕ ਇਸ ਤਰ੍ਹਾਂ ਮਾਇਆ 'ਚ ਨੱਚਦੇ ਨੇ, ਨੱਚੇ ਪਿੰਦੀ ਮੈਂ ਸਾਗਰਾ, ਜਿਵੇਂ ਟਿੰਡਾਂ ਵਿੱਚ ਪਾਣੀ ਨੱਚਦਾ ਤੇ ਜਦੋਂ ਆਪਣੀ ਮੌਜ ਵਿੱਚ ਆਉਂਦਾ ਸਭ ਕੁਛ ਸਮੇਟ ਕੇ, ਉਹ ਕੁਝ ਵਿਖਾ ਦਿੰਦਾ ਜਿਹਨੂੰ ਵੇਖ ਕੇ ਤੇ ਸੁਣ ਕੇ ਦੁਨੀਆ ਕੰਬ ਉੱਠਦੀ ਹੈ। ਸੱਚੀ ਮੁੱਚੀ ਗੁਰੂ ਗੋਬਿੰਦ ਸਿੰਘ ਨੇ ਐਸੇ ਹੀ ਕੀਤਾ, ਵਿਸਤਾਰ ਕੀਤੇ, ਕਿਲੇ ਬਣਾਏ, ਘੋੜੇ, ਸਭ ਕੁਛ ਜਦੋਂ ਤਿਆਗਿਆ ਸਭ ਕੁਛ, 8 ਦਿਨਾਂ ਦੇ ਵਿੱਚ ਸਭ ਕੁਝ ਸਮੇਟ ਕੇ ਰੱਖ ਦਿੱਤਾ, ਕੱਲਾ ਫਿਰ ਜ਼ਮੀਨ ਤੇ ਬੈਠਾ। ਕਹਿੰਦਾ ਨਾ ਸਾਜ਼ੋ, ਨਾ ਬਾਜ਼ੋ, ਨਾ ਫੌਜੋ, ਨਾ ਫਰਸ਼, ਖੁਦਾਵੰਦ ਬਖਸ਼ੰਦਾ ਐਸ਼ ਅਰਸ਼। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਾਲ, 12 ਪੋਹ ਦੀ ਰਾਤ ਮਾਤਾ ਜੀ ਕੋਲ ਬਤੀਤ ਨੇ, ਜਿਹੜੀ ਸੀ ਹਰ ਸਾਲ ਸ਼ਹਾਦਤ ਦੀ ਗੱਲ ਕਰਨੇ ਆ। ਗੁਰਮੁਖੋ, ਇਹ ਦਾਦੀ ਤੇ ਪੋਤਿਆਂ ਦੀ ਮ੍ਰਿਤ ਮੰਡਲ ਦੀ ਸਰੀਰਕ ਤੌਰ ਤੇ ਆਖਰੀ ਰਾਤ ਸੀ। 13 ਪੋਹ ਦਾ ਦਿਨ ਚੜ੍ਹਦਾ, ਸੂਰਜ ਦੀ ਲਾਲੀ, ਸੂਰਜ ਆਪਣੀਆਂ ਕਿਰਨਾਂ ਬਖੇਰਦਾ। ਭਾਵੇਂ ਇਸ ਘਟਨਾ ਨੂੰ ਫਿਲਮਾਂ ਨੇ, ਵਿਦਵਾਨਾਂ ਨੇ, ਕਵੀਆਂ ਨੇ, ਢਾਡੀਆਂ ਨੇ, ਰਾਗੀਆਂ ਨੇ, ਲਿਖਾਰੀਆਂ ਨੇ ਆਪਣੇ ਆਪਣੇ ਅੰਦਰ ਦੇ ਜਜ਼ਬੇ ਨਾਲ ਪੇਸ਼ ਕੀਤਾ ਹੈ। ਤਾਂ ਮੈਂ ਇੱਕ ਦਿਨ ਭਾਈ ਸਾਹਿਬ ਨੂੰ ਇੱਕ ਕਿਤਾਬ ਪੜ੍ਹਾਈ ਸੀ, ਮੈਂ ਕਿਹਾ ਸਿਰਫ ਬੁੰਦ ਮੁੱਖ ਬੰਦ ਹੀ ਪੜ੍ਹ ਲਿਓ, ਰਾਸ਼ਟਰਪਤੀ ਡਾਕਟਰ ਯਾਕੂਬ ਹੁਸੈਨ, ਉਹਨਾਂ ਨੇ ਗੁਰੂ ਗੋਬਿੰਦ ਸਿੰਘ 'ਤੇ ਬੋਲਣਾ ਸੀ ਤੇ ਜਦੋਂ ਰਾਤ ਨੂੰ ਰਾਸ਼ਟਰਪਤੀ ਭਵਨ 'ਚ ਲਿਖ ਰਹੇ ਸਨ
ਇਹਦਾ ਜ਼ਿਕਰ ਪ੍ਰਿੰਸੀਪਲ ਸਤਵੀਰ ਸਿੰਘ ਕਰਦੇ ਆ। ਕਹਿੰਦੇ ਜਿਸ ਕਾਗਜ਼ 'ਤੇ ਲਿਖਦੇ ਪਏ ਸਨ ਉੱਥੇ ਪਾਣੀ ਦੀਆਂ ਬੂੰਦਾਂ ਡਿੱਗ ਕੇ ਸ਼ਾਹੀ ਫੈਲ ਗਈ ਸੀ। ਲਿਖ ਰਹੇ ਨੇ ਅਤੇ ਸ਼ਾਹੀ ਫੈਲਦੀ ਪਈ। ਦੇਖਦੇ ਆ ਵੀ ਕੋਈ ਪਾਣੀ ਉੱਤੋਂ ਵੀ ਕੋਈ ਨਹੀਂ, ਰਾਸ਼ਟਰਪਤੀ ਭਵਨ ਹੱਥ ਕੋਲ ਨੇੜੇ ਪਾਣੀ ਕੋਈ ਨਹੀਂ। ਜਦੋਂ ਕਾਗਜ਼ ਦੇਖਦੇ ਆ ਤੇ ਇੱਕੋ ਦਮ ਆਪਣਾ ਚਸ਼ਮਾ ਉਤਾਰਦੇ ਆ। ਇਹ ਪਤਾ ਹੀ ਨਹੀਂ ਸੀ ਕਿ ਗੁਰੂ ਗੋਬਿੰਦ ਸਿੰਘ ਦੀ ਦਾਸਤਾਨ ਲਿਖਦਾ ਲਿਖਦਾ ਖੁਦ ਪ੍ਰੈਜੀਡੈਂਟ ਹੋਈ ਜਾ ਰਿਹਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਾਲ ਉੱਠੇ ਆ। ਸਨਮਾਨਯੋਗ ਮਾਤਾ ਜੀ ਨੇ ਦੋਨਾਂ ਸਾਹਿਬਜ਼ਾਦਿਆਂ ਨੂੰ ਤਿਆਰ ਕੀਤਾ ਹੈ, ਉਹੀ ਬਸਤਰ ਸਨ ਜਿਹੜੇ ਕੋਲ ਸਨ। ਤੇ ਸੱਚ ਇਹ ਵੀ ਜਿੰਨੇ ਕੁ ਤਸੀਹੇ ਦਿੱਤੇ ਹੋਣਗੇ ਆਖਰ ਮਾਂ ਨੇ ਉਸ ਸਰੀਰ ਦੇ ਸਭ ਕੁਝ ਦੇਖਿਆ ਹੋਣਾ, ਬੜੀ ਵੱਡੀ ਜਰਾਂ ਦੇ ਮਾਤਾ ਜੀ ਦੀ, ਕਿਉਂਕਿ ਅਸੀਂ ਉਹਨਾਂ ਦੀ ਚਰਨਾਂ ਵਿੱਚ ਬੈਠੇ ਹੋਏ ਹਾਂ। ਤੇ ਇਹ ਵੀ ਮੈਂ ਬੇਨਤੀ ਕਰਦਿਆਂ, ਕੱਲ ਨੂੰ ਕਿਤੇ ਨੂੰ ਸਮਾਧ ਜਾਂ ਮੜੀ ਕਹਿ ਕੇ ਵਿਰੋਧ ਨਾ ਕਰਨ ਲੱਗ ਪਿਓ। ਯਾਦ ਰੱਖਿਓ ਸਾਡੇ ਪੂਰਵਜਾਂ ਨੇ ਇਹਦਾ ਨਾਮ ਜੋਤੀ ਸਰੂਪ ਰੱਖਿਆ ਹੈ। ਕਿਤੇ ਕੱਲ ਨੂੰ ਕੋਈ ਨਵਾਂ ਮਤ ਖੜਾ ਹੋ ਜਾਏ ਜਿਹਦੇ ਕੋਲ ਸਿੱਖ ਕਬਰਾਂ ਨੂੰ ਪੂਜਦੇ ਪਏ, ਇਹ ਜੋਤੀ ਸਵਰੂਪ ਹੈ। ਤੇ ਇਸ ਦੀ ਤੁਲਨਾ ਉਦੋਂ ਭਾਈ ਸਾਹਿਬ ਪਿਛਲੇ ਕੱਲ ਕਹਿ ਪਏ ਰੁਪਾਲ ਸਿੰਘ ਵੀ ਇਹ ਦੁਨੀਆਂ ਵਿੱਚ ਏਦੂ ਮਹਿੰਗੀ ਥਾਂ ਹੀ ਕੋਈ ਨਹੀਂ, ਕੋਈ ਥਾਂ ਨਹੀਂ ਏਦੂ ਮਹਿੰਗੀ। ਤੇ ਦੁਨੀਆਂ ਵਿੱਚ ਇਹੋ ਜਿਹੀ ਦਾਸਤਾਨ ਵੀ ਕਿਤੇ ਨਹੀਂ। ਸੱਚ ਇਹ ਜੇ ਕਿ ਜਿੰਨਾ ਮਰਜ਼ੀ ਆਪਸ ਵਿੱਚ ਵਿਰੋਧ ਹੋਵੇ, ਜਿੰਨਾ ਮਰਜ਼ੀ ਬੰਦਾ ਇੱਕ ਦੂਜੇ ਦਾ ਵੈਰੀ ਹੋਵੇ, ਜਦੋਂ ਸਰੀਰ ਮਰ ਜਾਂਦਾ ਉਦੋਂ ਪੱਥਰ ਬੰਦੇ ਵੀ ਉਸ ਸਰੀਰ ਨੂੰ ਸ਼ਾਮਬਨ ਦੀ ਇਜਾਜ਼ਤ ਦੇ ਦਿੰਦੇ ਆ। ਮੈਂ ਕਹਿੰਦਾ ਇਹ ਸੂਬਾ ਸਰਹੰਦ ਕਿੰਨਾ ਕੁ ਨਪਾਕ ਹੋਵੇਗਾ, ਉਹਦੀ ਕਬਰ ਕਿਉਂ ਨਹੀਂ ਹੋ, ਕਿਉਂਕਿ ਉਹਨੇ ਗੁਰੂ ਦੇ ਪੁੱਤਰਾਂ ਦੇ ਸਰੀਰ ਵੀ ਸਾਂਭਣ ਨਹੀਂ ਦਿੱਤੇ। ਕਿੰਨਾ ਕੁ ਪੱਥਰ ਦਿਲ ਹੋਵੇਗਾ ਉਹਨੂੰ, ਉਹਨੂੰ ਉਹਨਾਂ ਲਾਸ਼ਾਂ ਕੋਲੋਂ ਵੀ ਡਰ ਲੱਗਦਾ ਪਿਆ। ਇਸ ਥਾਂ 'ਤੇ ਸੋਨਾ ਵਿਛਾ ਕੇ, ਪਰ ਮੈਂ ਫਿਰ ਉਸ ਵਿਸ਼ੇ 'ਤੇ ਆਵਾਂ, ਸਾਹਿਬਜ਼ਾਦੇ ਤੁਰਨ ਲੱਗੇ ਆ, ਸਨਮਾਨਯੋਗ ਮਾਤਾ ਜੀ ਨੇ ਤਿਆਰ ਕੀਤਾ, ਅੱਜ ਲੋਕ ਇਕੱਠੇ ਆ। ਸੱਚ ਇਹ ਉਦਣ ਵੀ ਕਿਹਾ 11:15 ਜੀ, ਹਾਂ ਇਹ ਸਮੇਂ 'ਤੇ ਐਤਕੀ ਵੀ ਯਤਨ ਕਰਿਓ, ਜਿੱਥੇ ਵੀ ਆਪਾਂ ਹੋਈਏ, ਮੈਂ ਤਾਂ ਸ਼੍ਰੋਮਣੀ ਕਮੇਟੀ ਸਾਰੇ ਵੀਰ ਬੈਠੇ ਆ, ਇਹ ਸਾਰੀ ਕੌਮ 'ਚ ਪੱਕੇ ਹੀ ਕਰ ਦਈਏ ਇਹ, ਕਿਉਂਕਿ ਇਕੱਲੇ ਦੁਕੱਲੇ ਬੰਦੇ ਦਾ ਕੰਮ ਨਹੀਂ, ਖੇਤ ਵਿੱਚ ਹੋਵੇ, ਜਹਾਜ਼ ਵਿੱਚ ਹੋਵੇ, ਕਿਤੇ ਵੀ ਹੋਵੇ, ਕਿਉਂਕਿ ਗੁਰੂ ਘਰ ਵਿੱਚ ਇਹ ਤਾਂ ਹੈ ਹੀ ਨਹੀਂ ਵੀ ਤੁਸੀਂ ਨਾਮ ਜਪਣਾ ਅਤੇ ਕੇਵਲ ਇੱਕ ਥਾਂ ਜੜ ਹੋ ਜਾਣਾ। ਪਿਆਰਿਓ ਚੱਲਦਾ ਫਿਰਦਾ ਕਿਤੇ ਵੀ ਹੋਵੇ, ਸੁਰਤ ਕਰਕੇ 10-15 ਮਿੰਟ ਉਸ ਵਕਤ ਸਿਮਰਨ ਜ਼ਰੂਰ ਕਰੇ। ਮਾਤਾ ਜੀ ਨੇ ਤੋਰਨ ਲੱਗੇ ਆ, ਛਪਾਈ ਲੈਣ ਵਾਸਤੇ ਆ ਗਏ, ਅੱਜ ਪੋਤਿਆਂ ਦੇ ਮੱਥੇ ਚੁੰਮੇ ਆ। ਡਾਕਟਰ ਬਲਬੀਰ ਸਿੰਘ ਬੜੀ ਸੋਹਣੀ ਗੱਲ ਲਿਖਦਾ ਹੈ, ਕਹਿੰਦਾ ਬਿਆਸ ਨੇ ਬਹੁਤ ਵੱਡਾ ਲਿਟਰੇਚਰ ਲਿਖਿਆ। ਉਹ ਕਹਿੰਦਾ ਸੀ ਕਿ ਸਰੀਰ ਦਾ, ਪਦਾਰਥਾਂ ਦਾ, ਸੰਸਾਰ ਦਾ ਮੋਹ ਅਨਿੱਤ ਹੈ, ਇਹ ਚਲਾ ਜਾਣਾ, ਧਰਮ ਹੀ ਨਿੱਤ ਹੈ। ਕਹਿੰਦਾ ਉਹ ਲਿਖ ਕੇ ਚਲਾ ਗਿਆ, ਪਰ ਜਿਹਦੀ ਵਿਆਖਿਆ ਕੀਤੀ ਤੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੇ ਕੀਤੀ। ਕਹਿੰਦਾ ਦਾਦਾ ਅਰਸ਼ਾਂ ਤੋਂ ਦੇਖ ਰਿਹਾ ਹੈ, ਪੋਤੇ ਉਸ ਮੰਜ਼ਿਲ ਵੱਲ ਵੱਧਦੇ ਪਏ ਆ ਜਿਸ ਘਰ ਵਿੱਚ ਇਸਦੇ ਪੂਰਵਜ ਇਸ ਘਰ ਦੇ ਬਜ਼ੁਰਗ ਅੱਗੇ ਚੱਲੇ। ਮਾਤਾ ਜੀ ਨੇ ਮਸਤਕ ਚੁੰਮੇ, ਅੱਲਾ ਯਾਰ ਖਾ ਜੁਗੀ ਦੀਆਂ ਉਹ 17 ਸ਼ਬਦ ਮਾਂ ਨੇ ਕਹਿ, ਪਤਾ ਸੀ ਅੱਜ ਆਉਣਾ ਨਹੀਂ ਵਾਪਸ, ਮਾਂ ਸ਼ਬਦ ਵਰਤੇ ਬੇਟਾ, ਜਾਣੇ ਸੇ ਪਹਿਲੇ ਆਓ ਗਲੇ ਸੇ ਲਗਾ ਤੋ ਲੂੰ, ਜਾਣੇ ਸੇ ਪਹਿਲੇ ਆਓ ਗਲੇ ਸੇ ਲਗਾ ਤੋ ਲੂੰ, ਕੇਸ਼ੋ ਕੋ ਕੰਘੀ ਕਰੂੰ ਜ਼ਰਾ ਮੂੰਹ ਦੁਲਾ ਤੋ ਲੂੰ, ਪਿਆਰੇ ਸੇ ਸਰੋਂ ਪੇ ਨੰਨੀ ਸੀ ਕਲਗੀ ਸਜਾ ਤੋ ਲੂੰ, ਬੇਟਾ ਮਰਨੇ ਸੇ ਪਹਿਲੇ ਤੁਮਕੋ ਦੁਲਖਾ ਬਣਾ ਤੋ ਲੂੰ। ਸਨਮਾਨਯੋਗ ਮਾਤਾ ਜੀ ਤੁਰ ਲੱਗੇ, ਤੇ ਜਿਹੜੀ ਗੱਲ ਹਰ ਸਾਲ ਮੈਂ ਸੁਣਾਉਂਦਾ, ਉਹ ਕਦੀ ਬੇਰਸੀ ਨਹੀਂ ਹੋਈ। ਤੇ ਸੰਗਤ ਵਿੱਚ ਕਿਹਾ ਵੀ ਜਾਂਦਾ ਕਈ ਵਾਰੀ ਐਤਕੀ ਫਿਰ ਕਰੋਗੇ ਗੱਲ, ਤੇ ਮੈਂ ਉਹ ਸੀਤਲ ਸਾਹਿਬ ਦੀਆਂ 17, ਅਸਲ 'ਚ ਇਹ ਸੀਤਲ ਸਾਹਿਬ ਦਾ ਲੇਖ ਹੈ, ਮਾਤਾ ਗੁਜਰੀ ਬਾਰੇ ਬਹੁਤ ਲੰਬੇਰਾ ਪੜ੍ਹਨ ਵਾਲਾ ਲੇਖ, ਮੈਂ ਵਿੱਚੋਂ ਕੋਈ 17 ਲੈਣ ਲੱਗਾ। ਤੁਰਦੇ ਆ ਸਾਹਿਬਜ਼ਾਦੇ, ਦਾਦੀ ਨੂੰ ਮੱਥਾ ਟੇਕਦੇ ਨੇ, ਤੇ ਬਾਬਾ ਫਤਿਹ ਸਿੰਘ ਇੱਕ ਵਾਰ ਮਾਂ ਦਾਦੀ ਵੱਲ ਦੇਖਦੇ ਆ, ਪਰ ਇਹਨੂੰ ਮੋਹ ਨਾਲ ਵਿਆਖਿਆ ਨਹੀਂ, ਆਖਰ ਅੰਦਰ ਦੀ ਕੋਈ ਮੁਹੱਬਤ ਵੀ ਹੁੰਦੀ ਹੈ। ਉਸ ਦਿਨ ਵੀ ਮੈਂ ਕਿਹਾ ਮਾਛੀਵਾੜੇ
गुरु ग्रंथ साहब दे जिन्ने बाणीकार ने ये खुशक फिलासफी वाले नहीं, ये नाम रसक ते बैरागी पुरुष ने। तुरदिया माता जी वाल देखिया, बाबा जोरावर सिंह जी देखते आ ते शब्द वरदे आ, मां असी चले हाँ, तुसी मां दे चलाने तो बाद कदी भी सानू अपनिया अखां तो दूर नहीं किया, सुते तां तुहाडियां अखां च, खेडे तां तुहाडियां अखां च, कुछ खादा तां तुहाडियां अखां च, हुण चले आ वेखीए दूरी लम्मा समा ना किते बन जाए, साढ़े पिछे तू ही आ जाई, क्योंकि तेरे तो बिना सानू उत्थे भी किसने लोरियां देनियां है। तो ढाडी साहब दे अंदर दा वलवला जी वो शब्द वरदे आ, तुर पै दोवें लाडले जद फते बुला के, वार अखीरी मां दे चरनी हथ ला के, बूवे विच्चों परत के बोले मुस्करा के, मां उड़ीकांगे सी सच खंड विच जाके। ते ए इस एक कविता दा विरोध ना करो, मेरी बेनती है, मैनू सुन चा रहा बड़ा कुछ भी ए कच्ची बाणी जी, कच्ची बाणी तो मैं एक दिन इकट्ठे गल कर रहा सा, जेडे 52 सन ओ तां कच्ची च जेड़ा सुनदा सी ओ तां पक्का सी, गुरु गोबिंद सिंह महाराज 52 कवि सुनदे आ, याद रखियो एक संगीत भाई साहब बैठा, एक संगीत, दूसरी आ चित्रकारी, तीसरा कविता कीर्तन, ये सारे कोमल हुनर ने। कोमल हुनर का विरोध असी अक्सर अपने गवांडी मतस्वी लोगों की विचारधारा दे राही कर रहे। गुरु घर विच कोमल हुनर नूं बड़ा जुबल नूं सा कहिंदी सी कि कोयल इन्ना दर्द पता नगमा ना गाई, क्योंकि मेरे बाप का दिल इहनूं सहन नहीं कर सकता। वह हालत साड़ी हो चुकी है। औरंगजेब की बेटी ने कहा दर्द पता नगमा ना गाई, क्योंकि एदा अंदर नहीं बर्दाश्त करता। टब ढाडियां की अपनी थाएं, कविया की अपनी थाएं, गुरु घर के शिंगार ने। तुर पै दोवें लाडले जद फते बुला के, वार अखीरी मां दे चरनी खत ला के, बूवे विच्चों परत के बोले मुस्करा के, मां उड़ीकांगे असी सच खंड विच जाके, पर ना आउणा तुसां ने बहुता चिर ला के, थक ना जाइए अम्मीए असी औंसियां पाके, साडा जी नहीं लगना तुसी छेती आउणा, नहीं तां रुसबू फतेह सिंह तेरा जी परचाउणा, तेरे बाजो अम्मिया दे लोरियां के सवाउणा। जदो इन्ने कुछ शब्द कहे, शीतल साहब अगे लिखते हैं, कहिंदे ने ओ मूरत 80 साल दे करीब असी मिथली उम्र, क्योंकि जन्म दा सही डेट नहीं ना मिलती। सन्मान योग माता जी, उस मां ने बहुत कुछ देखिया है, वह करतारपुर तो चली तो उन्हें आखिरी मुकाम सरहंद की धरती ते बनाया, भावें उन्हां दा पिछला पिंड लखनौर है माता जी का, उत्थे माता जी दे पैस समान भी, पर उस मात ने बहुत कुछ देखिया ते उहदी इबादत बड़ी है। मैं एक बार पटना साहिब भी कहा सी कि पिता जी की बंदगी की गल सारे करने हैं कि गुरु तेग बहादुर जी की इबादत बहुत ज्यादा, पर गुरु गोबिंद सिंह कहिंदे आ मेरी मां नूं भुलना जाइओ, मेरी मां की भी बंदगी बड़ी है। तात मात कला तात नहीं कहा, मां नूं नाल लिया, तात मात मुर अलख अरादा, बहुविध जोग साधना साधा, तिन जो करी अलाकी सेवा, तांते पै प्रसन्न गुरदेवा, तिन प्रभ जब आयस मोहि दिया, तब हम जन्म कलू में लिया। मां की बंदगी कोई थोड़ी है। तुसी देखो 1704 नूं माता जी शहीद हुंदे आ, जो असी मन्निया, जो असी मनाया, यह मनाया ना जी, चलो तरीकां दा मैनूं पता है, सब नूं पता है भी फर्क पाउंदे आ। 1675 नूं गुरु तेग बहादुर जी शहीद हुंदे आ, 25 साल ओह ते 4 साल आ, 29 साल उस मां ने पति दे साए तो बिना सच इह वी अपने पुत ते पोतियां नाल बतीत कीते आ, 29-30 साल। सन्मान योग माता जी जदो सुनदे आ मां तू आवी, शीतल साहब अगे कहिंदे आ नाले तां दुबारा कुट के सीने नाल लाया ते मस्तक चुम के कहिंदे आ चलो मेरे हीरेओ मैं मगरे आवां, पुत्तां बाजो जिउंदियां कद सुणियां मावां, चलो मेरे हीरेओ मैं मगरे आवां, पुत्तां बाजो क्यों जिउंदियां क्यों सुणियां मावां, पुत्रां दुआले राम कार मावां दियां बाहवां, जिधर जांदे हंस उधर जांदियां छावां, तोर घर दियां रौनकां मैं सच खंड वसावां।
मैं बच्चों वाप तुहाडे नाल आ रही हाँ। उस ते एक उन्होंने बड़ा इमोशनल वचन किया है तो मैं अक्सर कहना भावें इनू संसारक पद्धर ते देखो जदों घर विचों कोई जी चला जाता है मां चली जाए बाप चला जाए पुत्रां दे कारज ना होए होण तुसी कोई भी खुशी का काम करोगे पर अंदर तुहाडा थोड़ा जिहा याद जरूर करेगा। कहिंदे उस वक्त मात जी नूं अपनी नूं याद आई सन्मान योग माता जीतो जी ते उत्थे शब्द वरते आ साडे ढाडी साहिब जी ने कहन लगे जदों दोनों साहिबजादे तुर पए पिठां दिस रहीआं ने सोहणे बस्तर सजाए होए दुमाले बद्धे होए उस वक्त देखदिआं अंदर दा इह फुरना उठिआ कहन लगे आ जा जीतो राणीए लै मिंट उधारे तक लै मेरी बच्चीए चन्न चढ़दे खारे। शायद आप जी नूं पता होवे खारे शब्द न साडे बार च बड़ा वरदे सन विआह तों पहिलां नौणी जी नूं कहिंदे आ जा जीतो लाणीए लै मिंट उधारे तक लै मेरी बच्चीए चन्न चढ़दे खारे सेरे किन्ने लगदे इस उमरे प्यारे टुटणगे अज अंबरो दो रोशन तारे ताके फिक्के पैणगे सूरज चंद तारे चानन चानन खोणगे ब्रह्मंड अंधारे आ जा जीतो राणीए लै मिंट उधारे तक लै मेरी बच्चीए चन्न चढ़दे खारे। साहिबजादा जी दोनों साहिबजादे चले गए भीड़ बड़ी होवेगी लोगों की मैं कहना जिन्हें दुध पियाया असी तो सिर्फ क्या दुध पिया चला जो मैं बेनती की उन्हें लकड़ा भी कट्ठिया कीतिया पहला उहदा स्थान बुरज साहब के नेरे सी फिर वक्री थान दिती गई ना जी। हुण आखिर भाई मोती राम मोहरा भी मेहरा भी देखता होगा जिन्ना संस्कार किया टोडरमल भी देखते हो साहबजादियां फिर वही गल कही गई कि अजे भी मौका है तुसी इस्लाम नूं कबूल करो दीन नूं कबूल करो जिंदगी दे सुख माणो अजे तुहाडी उम्र की है। बाबा जोरावर सिंह कहिंदे आ साडी दादी ने एक शब्द कहा सी एक निमख जो सिमरन में दिया सो कोट लाख सदा थिर थिया। तुसी कहिंदे हो उम्र केड़ी पर साडी दादी अज ही सानू पढ़ा के तुक भेजी सी बेटा उम्र ओही चंगी है जिहड़ी निमख सिमरन विच बीत जाए निमक सिमरन की उम्र का मुकाबला लखां साल की उम्र भी नहीं कर सकती। साहबजादियां लई फिर फतवा सी इन्हां नूं जिबा कीता जाए फिर शब्द क्या तुसी अजे भी सोच लो। फिर बाबा जोरावर सिंह जी बोलते हैं सानू पता सी दादी कोल वापस नहीं जाना पर तुसी भी ध्यान नाल सुन लियो सच को मिटाओगे तो मिटोगे जहान से डरता नहीं है अकाल किसी शहनशाह की शान से उपदेश अपना सुन लो जरा दिल के कान से कह रहे हैं हम तुमको खुदा की जुबान से। अगला शब्द तेरे सारी सी सांझा करने के जदों शहीद कर लगे अल्लाह यार खां जोगी दे बलबला आखिरी शब्दों ने मुंह चुकड़ाए हम जान दे के औरों की जाने बचा चले सिखी की नींव खम खै सरों पे उठा चले गुरियाई का किस्सा जहां में बना चले सिंगों की सल्तनत का पौधा लगा चले गद्दी तो तख्त बस अब कौम पाएगी दुनिया में जालमों का निशान तक मिटाएगी। साहबजादे शहीद किवें कीते गए मैं अर्ज की तसीये दिते गए चिखा च वैगुरु नीयां च खड़े किए गए असल च दोनों साहबजादियां नूं कवि संतोख सिंह कहिंदा तलवार चलाई ਉਹ ਲਿਖਦਾ ਤਲਵਾਰ। ਮੈਂ ਇੱਕ ਦਿਨ ਬੇਨਤੀ ਕੀਤੀ ਸੀ ਜ਼ਿਬਾ ਕਰਨ ਦਾ ਮਤਲਬ ਤੁਸੀਂ ਜਾਣਦੇ ਹੋ ਕੱਟਣਾ ਨਹੀਂ ਪੂਰਾ ਹੁੰਦਾ ਕਿ ਉਹਨਾਂ ਦੇ ਗਰਦਨ ਦੇ ਥੱਲੇ ਸ਼ਾਹ ਰਗ ਨੂੰ ਕੱਟਿਆ ਗਿਆ ਇਸ ਕਰਕੇ ਕਿ ਲੋਕ ਦੇਖਣ ਤੇ ਗੁਰੂ ਗੋਬਿੰਦ ਸਿੰਘ ਤੱਕ ਵੀ ਖਬਰ ਪਹੁੰਚ ਜਾਏ ਤੇਰੇ ਪੁੱਤਾਂ ਨਾਲ ਕੁਝ ਵਾਪਰਿਆ ਹੈ। ਸ਼ਾਸ਼ਲ ਬੇਗ ਵਾਸ਼ਲ ਬੇਗ ਉਹਨਾਂ ਨੇ ਹਜ਼ੂਰ ਦੇ ਸਾਹਿਬਜ਼ਾਦਿਆਂ ਨੂੰ ਗੋਡਿਆਂ 'ਚ ਲਿਆ हाथ उन्होंने पकड़े गए उन्होंने शाह रग गले तो ठोडी तो थले गले दे उत्ते शुरा चलाया जां शस्त्र चलाया ते मैं बेनती की सी जलाद जदो शुरा चला रहा सी बंसावली नामे च लिखे है कि बाबा जोरावर सिंह दे गले ते शुरा इन्ना गहरा लगा
ਉਹ ਸ਼ਹੀਦ ਪਹਿਲਾਂ ਹੋ ਗਏ। ਬਾਬਾ ਫਤਿਹ ਸਿੰਘ ਜੀ ਤੇ ਟੱਕ ਲਾ ਦਿੱਤਾ ਗਿਆ ਤੇ ਗਲੇ ਚੋਂ ਖੂਨ ਨਿਕਲਦਾ ਰਿਹਾ। 12.5 ਮਿੰਟ ਉਹਨਾਂ ਦੇ ਪੈਰ ਹਿਲਦੇ ਰਹੇ। 12.5 ਮਿੰਟ ਤੋਂ ਬਾਅਦ ਬਾਬਾ ਫਤਿਹ ਸਿੰਘ ਸ਼ਹੀਦ ਹੁੰਦੇ ਆ, ਖੂਨ ਨਿਕਲਦਾ ਹੈ। ਉੱਥੇ ਲਿਖਿਆ ਹੈ ਕਿ ਜ਼ੋਰਾਵਰ ਸਿੰਘ ਜੀ ਕੇ ਪ੍ਰਾਣ ਖੰਡੇ ਕੇ ਸਾਥ ਬੇਗ ਛੁੱਟ ਗਏ, ਫਤਿਹ ਸਿੰਘ ਜੀ ਆਦ ਘੜੀ ਚਰਨ ਮਾਰਤੇ ਬਹਿ। ਅੱਧੀ ਘੜੀ 12.5 ਮਿੰਟ ਦੀ ਹੈ। ਬਾਬਾ ਫਤਿਹ ਸਿੰਘ ਫਿਰ ਸ਼ਹੀਦ ਹੁੰਦੇ ਆ। ਸਨਮਾਨਯੋਗ ਮਾਤਾ ਗੁਜਰੀ ਜੀ, ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ। ਭਾਵੇਂ ਕਿ ਵਿਦਵਾਨਾਂ ਨੇ ਸ਼ਬਦ ਹੋਰ ਤਰ੍ਹਾਂ ਕਈ ਵਰਤੇ, ਪਰ ਨਹੀਂ, ਮਾਤਾ ਜੀ ਨੂੰ ਸ਼ਹੀਦ ਕੀਤਾ ਗਿਆ। ਦੇਖੋ ਕੈਸੀ ਇਹ ਇਸ ਪਰਿਵਾਰ ਦੀ ਕਹਾਣੀ ਨੂੰ ਕੌਣ ਬਿਆਨ ਕਰੇਗਾ। ਮੈਂ ਇਹ ਗੱਲ ਮਾਛੀਵਾੜੇ ਸ਼ਾਇਦ ਕਹੀ ਸੀ, ਤੇਰੇ ਨਾਲ ਦਿਆਂ ਮੈਂ ਤਸ਼ਬੀਹ ਕਿਹਨੂੰ, ਹਰ ਗੱਲ ਪਈ ਜਾਪਦੀ ਉਹ ਪ੍ਰੀਏ, ਢਾਕੇ ਤੇਗ ਨਹੀਂ ਪਿਤਾ ਦੀ ਫਸਲੀਏ, ਹੱਥ ਵਿੱਚ ਢਾਲ ਨਹੀਂ ਪੁੱਤਰ ਦੀ ਖੋਪੜੀ ਹੈ। ਪਰ ਸਮਾਂ ਕਿੰਨਾ ਕੁ, ਇੱਕ ਵਿਦਵਾਨ ਕਹਿੰਦਾ ਉਹਦੇ ਇੱਕ ਹੱਥ ਬਾਜ਼, ਉਹਦੇ ਦੂਜੇ ਹੱਥ ਘੋੜਾ, ਉਹਦੀ ਵਾਟ ਬੜੀ ਲੰਮੀ ਪਰ ਉਹਦਾ ਸਮਾਂ ਬੜਾ ਥੋੜਾ। ਮੈਂ ਤਾਂ ਕਿਹਾ ਪਰਿਵਾਰ, ਦਾਦੇ ਦਾ ਸਰੀਰ ਤੇ ਸੀਸ ਚਾਂਦਨੀ ਚੌਂਕ ਵਿੱਚ ਪਿਆ ਹੈ। ਠੀਕ ਹੈ ਕਿ ਧੜ ਨੂੰ ਭਾਈ ਲੱਕੀ ਸ਼ਾਹ ਜੀ ਚੁੱਕਦੇ ਨੇ ਤੇ ਸੀਸ ਨੂੰ ਭਾਈ ਜੈਤਾ ਜੀ ਗੁਰਮੁਖ ਪਿਆਰੇ ਭਾਈ ਜੀਵਨ ਸਿੰਘ ਜਿਹੜੇ ਸ਼ਹੀਦ ਹੁੰਦੇ ਆ ਉਹ ਚੁੱਕਦੇ ਆ। ਨਾ ਬਾਪ ਦੇ ਧੜ ਵੇਲੇ ਗੁਰੂ ਗੋਬਿੰਦ ਸਿੰਘ ਪਹੁੰਚਿਆ ਸੰਸਕਾਰ ਵੇਲੇ, ਤੇ ਨਾ ਮਾਂ ਤੇ ਪੁੱਤਰਾਂ ਦੇ ਸੰਸਕਾਰ ਵੇਲੇ ਪਹੁੰਚਿਆ। ਪੁੰਤਾਂ ਦੇ ਸਰੀਰ, ਮਾਂ ਦਾ ਸਰੀਰ ਇਸ ਧਰਤੀ ਤੇ ਰਿਹਾ। ਰਾਮਾ ਤਲੂਕਾ ਜੀ ਦਾ ਜ਼ਿਕਰ ਆਉਂਦਾ ਹੈ, ਇਗਨੋਰ ਨਹੀਂ ਕੀਤਾ ਜਾ ਸਕਦਾ, ਪਰ ਡਾਕਟਰ ਜੱਗੀ ਲਿਖਦਾ ਹੈ, ਸਾਰੇ ਅਸੀਂ ਸਹਿਮਤ ਹਾਂ, ਤੁਸੀਂ ਹਾਲ ਉਹਨਾਂ ਦੇ ਨਾਮ ਤੇ ਬਣਾਇਆ, ਦੀਵਾਨ ਟੋਡਰ ਮੱਲ ਉਹ ਸਾਹਿਬਜ਼ਾਦਿਆਂ ਦੇ ਸੰਸਕਾਰ ਦੀ ਥਾਂ ਅੱਤੇ ਵਾਲੀ ਤੋਂ, ਚੌਧਰੀ ਅੱਤੇ ਤੋਂ ਖਰੀਦੀ ਜਾਂਦੀ ਹੈ। ਇਸ ਥਾਂ ਤੇ ਜਿੱਥੇ ਤੁਸੀਂ ਅੱਜ ਬੈਠੇ ਹੋ, ਸਿਰ ਸੋਨੇ ਦੀਆਂ ਮੋਹਰਾਂ ਟੇਢੀਆਂ ਰੱਖ ਕੇ ਇਹ ਥਾਂ ਖਰੀਦੀ ਗਈ। ਭਾਈ ਟੋਡਰ ਮੱਲ ਜੀ, ਭਾਈ ਮੋਤੀ ਰਾਮ ਮਹਿਰਾ ਜੀ, ਉਹਨਾਂ ਲੱਕੜਾਂ ਦਾ ਪ੍ਰਬੰਧ ਕੀਤਾ, ਇਹ ਸਰੀਰ ਇਸ ਥਾਂ ਤੇ ਲਿਆਂਦੇ ਗਏ। ਸਤਿਕਾਰਯੋਗ ਮਾਤਾ ਜੀ, ਉਹਨਾਂ ਨੂੰ ਵਿੱਚ ਲਟਾਇਆ ਗਿਆ। ਦੋਨੋਂ ਸਾਹਿਬਜ਼ਾਦੇ ਇੱਕ ਖੱਬੇ ਤੇ ਇੱਕ ਸੱਜੇ ਲਟਾ ਕੇ, ਮੈਂ ਬੇਨਤੀ ਕਰਾਂ, ਕਿਹੋ ਜਿਹਾ ਸਮਾਂ ਸੀ, ਚਿਖਾ ਨੂੰ ਲਾਂਬੂ ਲਾਇਆ ਗਿਆ। ਵਜ਼ੀਰ ਖਾਂ ਖੁਸ਼ ਹੋ ਕੇ ਕਹਿੰਦਾ ਹੋਵੇਗਾ ਕਿ ਗੁਰੂ ਗੋਬਿੰਦ ਸਿੰਘ ਦੇ ਵੱਡੇ ਉੱਥੇ ਮਾਰ ਦਿੱਤੇ, ਛੋਟੇ ਉੱਥੇ ਇੱਥੇ ਮਾਰ ਦਿੱਤੇ, ਪਰ ਸੱਚ ਹੱਸ ਕੇ ਕਹਿੰਦਾ ਹੋਵੇਗਾ ਵਜ਼ੀਰ ਖਾਂ, ਚੇਤੇ ਰੱਖੀ ਇਹਨਾਂ ਦੇ ਨਾਮ ਦਾ ਸ਼ਹਿਰ ਵਸੇਗਾ, ਤੇ ਸੱਚ ਹੱਸ ਕੇ ਕਹਿੰਦਾ ਹੋਵੇਗਾ ਸਿੱਖ ਰਾਜ ਦਾ ਪਹਿਲਾ ਨਿਸ਼ਾਨ ਤੇ ਸਿੱਕਾ ਤੇਰੇ ਸ਼ਹਿਰ ਤੋਂ ਚੱਲੇਗਾ। ਤੂੰ ਭੁਲੇਖੇ ਚ ਹੈ। ਮੈਂ ਬੇਨਤੀ ਕਰਾਂ, ਉਹਨਾਂ ਦੀ ਸ਼ਹਾਦਤ ਤੋਂ ਬਾਅਦ ਫਿਰ ਬਾਬਾ ਬੰਦਾ ਸਿੰਘ ਬਹਾਦਰ ਆਉਂਦਾ ਹੈ, ਤੇ ਮੈਂ ਉਸ ਦਿਨ ਵੀ ਕਿਹਾ ਸੀ, ਡਾਕਟਰ ਪੰਨੂ ਲਿਖਦਾ ਹੈ ਕਿ ਉਹ ਏਡਾ ਰਾਠ ਬੰਦਾ ਸਰਹੰਦ ਚ ਪ੍ਰਵੇਸ਼ ਕਰਦਾ ਹੈ, ਦੇਗੋ ਤੇਗੋ ਵੈ ਫਤਿਹ ਨੁਸਰਤ ਬੇਦਰੰਗ, ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ, ਫਤਿਹਗੜ੍ਹ ਨਾਮ ਰੱਖਿਆ ਗਿਆ। ਜਦੋਂ ਆਲੀ ਖਾਂ ਆਲੀ ਸਿੰਘ ਮਾਲੀ ਸਿੰਘ ਉਹਨਾਂ ਨੂੰ ਪੁੱਛਦਾ ਹੈ, ਮੈਨੂੰ ਉਹ ਦਿਖਾਂ ਥਾਂ ਦਿਖਾਓ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਦੇ ਖੂਨ ਦੇ ਤੁਪਕੇ ਡੁੱਲੇ ਸੀ। ਉਹ ਤੁਰਦਾ ਹੈ, ਉਸ ਥਾਂ ਤੇ ਪਹੁੰਚਦਾ, ਕਹਿੰਦੇ ਨੇ ਉਸ ਥਾਂ ਤੇ ਜਿੱਥੇ ਦੱਸਿਆ ਗਿਆ ਇੱਥੇ ਸ਼ਹੀਦ ਕੀਤੇ, ਮਸਤਕ ਰੱਖ ਕੇ ਉਹ ਜ਼ਾਰੋ ਜ਼ਾਰ ਰੋ ਪੈਂਦਾ ਹੈ। ਸੱਚਮੁੱਚ ਉਹ ਜਿਹੜੀ ਸਿੱਖਾਂ ਜੰਗ ਲੜੀ ਚੱਪੜ ਚਿੜੀ ਦੀ, ਉਹ ਅੱਖਾਂ ਚ ਸਿਰਫ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਤੇ ਮਾਂ ਗੁਜਰੀ ਸੀ, ਬਸ ਅੱਖਾਂ ਅੱਗੇ ਉਹ ਕੋਈ ਦਿਸਿਆ। ਬਸ ਉਸ ਜਜ਼ਬੇ ਨੇ ਸਭ ਕੁਝ ਪਲਟ ਕੇ ਰੱਖ ਦਿੱਤਾ। ਇਹ ਗੱਲ ਵੱਖਰੀ ਕਿ ਹਿੰਦੁਸਤਾਨ ਦੀ ਬਦਕਿਸਮਤੀ ਕਹੋ ਜਾਂ ਸਾਡੀ ਘੱਟ ਗਿਣਤੀ ਕਹੋ, ਸਿਕੰਦਰ ਦੇ ਹਮਲੇ ਨਾਲ ਪੋਰਸ ਦਾ ਜ਼ਿਕਰ ਸਾਰੇ ਕਰਦੇ ਆ, ਪਰ ਉਸ ਬੰਦੇ ਦਾ ਜ਼ਿਕਰ ਹਿੰਦੁਸਤਾਨ ਘੱਟ ਕਰਦਾ ਹੈ ਜਿਹਨੇ ਸਦੀਆਂ ਦੇ ਇਸ ਜਾਰਾਜ ਦੀਆਂ ਜੜ੍ਹਾਂ ਪੱਟ ਕੇ ਰੱਖ ਦਿੱਤੀਆਂ। ਭਾਵੇਂ ਉਹਨੇ ਖੇਤਰ ਥੋੜ੍ਹਾ ਹੀ ਲਿਆ, ਪਰ ਉਹਦੀ ਨੀਂਹ ਉੱਤੇ ਸਿੱਖ ਰਾਜ ਫਿਰ ਕਾਇਮ ਹੋਇਆ। ਉਹਨਾਂ ਮਹਾਨ ਸ਼ਹੀਦਾਂ ਨੂੰ ਅਸੀਂ ਅੱਜ ਨਤਮਸਤਕ ਹੋਏ ਹਾਂ।
हर साल पिछले कई सालों तो आप संगत के दर्शन कर रहे हैं, पर यह समागम इत्थे समाप्त नहीं। भाई साहब बैठे आ शहीद सफरे शहादत, वह प्रोग्राम सारे शुरू आ। भाई अमरजीत सिंह जी बैठे आ 6 तरीक रात को, 6 पौ 20 तरीक परसों उत्थे हजूर का किला छड़न वाली जी घटना है ये चलनी है। तुसी सारे वध चढ़ के, मैं फिर बेनती करांगा किसी एक बंदे निजी का, मैं भाई साहब नूं कहा दुआई रब की कोई निजी प्रोग्राम नहीं, जे सच एवे इस सरहंद ते आउंदिया सिख माझा मालवा दुआबा सब कुछ भुल गए, उन्हां दे सामने सिर्फ एक ठंडा बुरज ते दीवारां दिसदियां पईआं सन। असी भी इस भावना नूं लै के चलिया। सब का बहुत बहुत धन्यवाद जी। श्रोमणी गुरुद्वारा प्रबंधक कमेटी दे सी तह दिलों धन्यवादी हाँ कि चारे थावां ते बहुत कमाल का सारा प्रबंध करके देंदे आ। इत्थों दे जिन्ने नौजवान सहयोग दिता भाई साहब उन्हां दा सब का धन्यवाद जी। आओ हुण सहज पाठ साहब जी दे भोग पैणगे, उस तों बाद अरदास होवेगी, अगले साल वास्ते सहज पाठ प्रारंभ किया जाएगा। मेरे तो बेअंत भुलां होईआं ने, बख्श दिया जी गुरमुखो। वाहिगुरु जी का खालसा, वाहिगुरु जी।